उठ भाई जरनैल सिंह, सजा पूरी होगी तेरी। साल्या सारा दिन मंजे तोड़ी जाना रहना, कोई काम कार कर लिया कर। जे घर च छोटा मां तेरा मतलब यह नहीं हैगा भाई, मैं नौकर हाँ भाई घर च, नाले मेरे को नहीं हुंदा हैगा तेरा काम, अपना काम आप कर। जे कुछ और नहीं तो नौकर रख ला अपना। नौकर नू साल्या उत्थे मरबे ने चार तक खोड ने, बंदे दा पुत बन के खेत जावड़ा, नहीं मेथों बुरा कोई नहीं होना। उठ उठ, नहीं तो की कर लेगा तू? हाँ मैं कर लूं, मैं बहुत कुछ कर लूं। की करेगा तू? मैं बहुत कुछ। हाँ मैं तेरी लात फट, तेरी खड़ जा तू, खड़ तेरी पट्टी दे दमरी मार दे। हाँ तेरी तो मार सारा दिन, सारे को प्यार तेरे तो मार पार के दो नहीं कर रहे पट्टे प्यार दो। ਵੱਡੇ ਬਦਮਾਸ਼ ਦੀ ਆਵਾਜ਼ ਆ ਤੈਨੂੰ ਤੇ ਤੂੰ ਤਾਂ ਮਾਰ ਹਾਏ ਕੀ ਹੋ ਗਿਆ ਤੇਰਾ ਲੜੋ ਮਾਰਦਾ ਰਹੇ ਜਾਂਦੇ ਹੋ ਜੈਲਿਆ ਛੱਡ ਦੇ ਉਹ ਮੈਂ ਕਿਹਾ ਛੱਡਦਾ ਨਹੀਂ ਤੂੰ ਉਹ ਮੇਰੀ ਨਾ ਜੈਲਿਆ ਨਾ ਤੂੰ ਖੇਤ ਵੱਗ ਜਾ ਤੇਰੇ ਆਉਣ ਤੱਕ ਠੰਡਾ ਹੋ ਜਾਊਗਾ ਤੇਰੇ ਵੀਰ ਨੂੰ ਪਾਰਾ ਚੜਿਆ ਪਾਰਾ ਤਾਂ ਮੈਂ ਠੰਡਾ ਕਰਨਾ ਚਾਹਦਾ ਮੈਂ ਕਹਿੰਦੀ ਹਾਂ ਚੁੱਪ ਕਰਕੇ ਚਲਾ ਜਾ ਮੇਰੇ ਕਰਕੇ ਚੁੱਪ ਕਰਕੇ ਮੇਰੇ ਮੋਟਰਸਾਈਕਲ ਨੂੰ ਹੱਥ ਨਾਲ ਲਈ ਪਲਟੀ ਨੇ ਨੂੰ ਛੱਡ ਇੱਥੇ ਕੋੜ ਤੇਰੀ ਪਲਟੀ ਨੇ ਦੀ ਸਾਲਾ ਵੱਡਾ ਖੱਬੀ ਖਾਨ ਸਾਨੂੰ ਤਾਂ ਆਪਣੇ ਆਪ ਨੂੰ ਮੇਰਾ ਸਾਲਾ ਸਾਰਾ ਦਿਨ ਮੰਜੇ ਤੋੜਦਾ ਘਰੇ ਐ ਨਹੀਂ ਕੋਈ ਕੰਮ ਕਰ ਲਾਂ ਤੇਰਾ ਦਿਮਾਗ ਖਰਾਬ ਹੋਇਆ ਤੂੰ ਤਾਂ ਬੜਾ ਹੈ ਕਿਉਂ ਲੜਦਾ ਉਹਦੇ ਨਾਲ ਪਿਆਰ ਨਾਲ ਨਹੀਂ ਕੰਮ ਲਿਆ ਜਾਂਦਾ ਲੱਗ ਗਿਆ ਉਹਦੇ ਨਾਲ ਲੜਾਈਆਂ ਕਰਨ ਫਿਰ ਹਿੱਸੇ ਵੰਡਾਊਗਾ ਫਿਰ ਤੈਨੂੰ ਸਵਾਦ ਆਜੂਗਾ ਗੱਲ ਨਹੀਂ ਕੋਈ ਵਾਸਤਾ ਨੇ ਮੇਰੇ ਸਾਲੇ ਦਾ ਸਾਰਾ ਟੱਬਰ ਮੈਨੂੰ ਸਮਝਾਉਣ ਤੇ ਲੱਗਿਆ ਰਹਿੰਦਾ ਉਹਨੂੰ ਕੋਈ ਸਮਝਾਉਂਦਾ ਨਹੀਂ ਆਹ ਦੇਖ ਲੈ ਆਪਣੇ ਮੁੰਡਿਆਂ ਦਾ ਹਾਲ ਮੈਨੂੰ ਨਹੀਂ ਲੱਗਦਾ ਇੱਕ ਛੱਤ ਥੱਲੇ ਮੇਰੇ ਮਰਨ ਤੋਂ ਬਾਅਦ ਇਕੱਠੇ ਰਹਿਣਗੇ ਇਹ ਸਾਲੇ ਸਾਨੂੰ ਕਿੱਥੇ ਰੋਟੀ ਦੇ ਦੇਣਗੇ ਹੈਂ ਐਡੇ ਬੜੇ ਬੜੇ ਹੋ ਗਏ ਆ ਅਕਲ ਸਾਲਿਆਂ ਨੂੰ ਦਵਾਨੀ ਦੀ ਨਹੀਂ ਹੈ ਭੋਰਾ ਵੀ ਤੈਨੂੰ ਪਤਾ ਹੀ ਹੈ ਮੈਨੂੰ ਕੈਂਸਰ ਹੈ ਮੈਨੂੰ ਨਹੀਂ ਲੱਗਦਾ ਇਹ ਤੈਨੂੰ ਮੇਰੇ ਮਰਨ ਤੋਂ ਬਾਅਦ ਪੁੱਛਣਗੇ
ਆਪਾਂ ਸਵੇਰੇ ਪਟਵਾਰੀ ਕੋਲ ਚੱਲਦੇ ਹਾਂ। ਮੈਂ ਸਾਰੀ ਜ਼ਮੀਨ ਦੀ ਵਸੀਅਤ ਤੇਰੇ ਨੂੰ ਕਰਵਾ ਦਿੰਦਾ। ਦੇਖ ਭਾਈ ਬਹੂ, ਮੈਂ ਚੱਲਿਆ ਸ਼ਹਿਰ ਤੇਰੀ ਬੇਬੇ ਨੂੰ ਦਵਾਈ ਦਵਾਉਣ। ਹੋ ਸਕਦਾ ਹੈ ਸਾਨੂੰ ਕਬੇੜਾ ਹੋ ਜਾਵੇ, ਤੁਸੀਂ ਫਿਕਰ ਨਾ ਕਰਿਓ। ਆ ਕੋਈ ਦਵਾਈ ਦਵੂਈ ਲੈਣ ਨਹੀਂ ਗਏ, ਸਭ ਪਤਾ ਮੈਨੂੰ ਕੀ ਕਰਨ ਗਏ ਨੇ ਇਹ। ਇਹ ਤਾਂ ਕੁਛ ਹੋਰੇ ਕਰਨ ਨੂੰ ਫਿਰਦੇ ਨੇ, ਦੇਖੀ ਕਿਤੇ ਧੋਖਾ ਨਾ ਹੋ ਜੇ ਆਪਣੇ ਨਾਲ। ਆ ਬੁੜਾ ਬੁੜੀ ਦੇ ਨਾਂ ਜ਼ਮੀਨ ਲਵਾਉਣ ਨੂੰ ਫਿਰਦਾ। ਯਾਰ ਸਾਰਾ ਦਿਨ ਨਾ ਤਪੀ ਨਾ ਰਿਹਾ ਕਰ, ਠੀਕ ਹੈ ਨਾ? ਉਹਨਾਂ ਤੋਂ ਬਾਅਦ ਮਾਲਕ ਕੌਣ ਹੈ? ਅਸੀਂ ਦੋਨੇ ਭਰਾ ਹੀ ਆ ਨਾ। ਸਾਰੀ ਦਿਹਾੜੀ ਲੁੱਤੀਆਂ ਲਾ ਲਾ ਕੇ ਸਾਨੂੰ ਲੜਾਇਆ ਨਾ ਕਰ। ਉਹ ਮੈਂ ਤਾਂ ਤੇਰੇ ਬਾਰੇ ਹੀ ਸੋਚਦੀ ਹਾਂ, ਤੂੰ ਰਹਿ ਜੀ ਘਰ ਦਾ ਸਾਫ਼ ਸਫਾਈਆ ਕਰਨ ਨੂੰ। ਜਦੋਂ ਸਾਰਾ ਘਰ ਉੱਜੜ ਗਿਆ ਨਾ, ਸੀਰੀ ਰਲ ਜਾ ਸ਼ਰੀਕਾ ਨਾਲ ਜਾ ਕੇ, ਫਿਰ ਕਹਿੰਦਾ ਬੋਲਦੀ ਆ। ਬੋਲਾਂ ਨਾ ਭੈਣ ਚੋ, ਇੱਕ ਤਾਂ ਇਹਨੂੰ ਵੀ ਟੇਕ ਨਹੀਂ। ਕਿਉਂ ਬਾਪੂ, ਲੈ ਆਂਦੀ ਦਵਾਈ? ਹਾਂ ਭਾਈ, ਲੈ ਆਏ ਦਵਾਈ। ਬਾਪੂ ਕਿਉਂ ਝੂਠ ਬੋਲਦਾ? ਸਿੱਧਾ ਕਹਿ ਨਾ, ਜ਼ਮੀਨ ਬੇਬੇ ਦੇ ਨਾਂ ਲਵਾਉਣ ਨੂੰ ਫਿਰਦਾ? ਓਏ ਲਵਾਉਣ ਨੂੰ ਫਿਰਦਾ ਨਹੀਂ, ਲਵਾ ਕੇ ਆਇਆ ਲਵਾ ਕੇ। ਬਾਪੂ ਦਿਮਾਗ ਖਰਾਬ ਹੋ ਗਿਆ ਤੇਰਾ? ਸਾਡੇ ਤੇ ਯਕੀਨ ਨਹੀਂ, ਜਿਹੜੀ ਸਾਰੀ ਜ਼ਮੀਨ ਮਾਤਾ ਦੇ ਨਾਂ ਲਵਾਤੀ। ਜਿੰਨਾ ਚਿਰ ਤੁਹਾਡੀ ਬੇਬੇ ਜਿਉਂਦੀ ਆ, ਉਨਾ ਚਿਰ ਜ਼ਮੀਨ ਇਹਦੇ ਨਾਂ ਰਹੂਗੀ। ਅਸੀਂ ਗੁਰਦੁਆਰੇ ਚਲੇ ਜਾਈਏ ਫਿਰ। ਜਿਹਨੇ ਰਹਿਣਾ ਰਹੋ, ਜਿਹਨੇ ਦਫਾ ਹੋਣਾ ਦਫਾ ਹੋ ਇੱਥੇ ਤੇ। ਜ਼ਮੀਨ ਹਿੱਕ ਤੇ ਰੱਖ ਕੇ ਲੈ ਜਾਓ ਦੋਏ ਜਣੇ। ਹਾਂ ਹਾਂ, ਇੱਕ ਤੇ ਰੱਖ ਕੇ ਲੈ ਜਾਵਾਂਗੇ। ਤੁਸੀਂ ਇੱਥੋਂ ਡੰਡੀ ਫੜੋ। ਹਾਂ, ਡੰਡੀ ਫੜੋ ਨਾਲੇ ਹੋਰ। ਤੁਸੀਂ ਤਾਂ ਪਹਿਲਾਂ ਹੀ ਬਿਮਾਰ ਹੋ। ਦੇਖਦੇ ਦੇਖਦੇ ਸਾਰਾ ਕੁਛ ਬੁੜੀ ਦੇ ਨਾਂ ਲਵਾਤਾ, ਹੁਣ ਵਜਾਉਂਦੇ ਰਹੋ ਛੁਣਛਣੇ। ਉਹ ਤੂੰ ਚੁੱਪ ਕਰ ਭੈਣ ਚੋ। ਮੈਨੂੰ ਚੁੱਪ ਕਰਾਉਂਦਾ ਰਹੀ, ਆ ਦੇਖ ਲਾ ਬੁੜੇ ਨੇ ਕੀ ਚੰਦ ਚਾੜਤਾ। ਬੜੇ ਬਾਈ, ਅੱਜ ਤਾਂ ਬਾਪੂ ਨੇ ਸੱਚੀ ਉਸ ਬਈ ਤੇਰਾ ਅੱਜ ਵਾਲੀ ਗੱਲ ਤੋਂ ਬਾਪੂ ਤੋਂ ਤੇਰਾ ਫੋਨ ਜਾ ਨਹੀਂ ਖੋਲਦਾ? ਖੋਲ ਤੱਕ ਨੇ ਬਾਈ, ਮੇਰਾ ਜੀ ਕਰਦਾ ਮੈਂ ਭੈਣ ਚ ਬਾਪੂ ਦਾ ਬੈਚ ਦੀ ਲੰਘ ਜਾ। ਜ਼ਮੀਨ ਲਵਾ ਕੇ ਆਪਦੇ ਨਾਂ ਤੇ ਘਰ ਦੇ ਪ੍ਰਧਾਨ ਬਣੀ ਫਿਰਦੇ ਤੂੰ? ਬੁੜੀਏ, ਜੰਮ ਕੇ ਸਾਨੂੰ ਸਾਲੀ ਸਾਡੀ ਜ਼ਿੰਦਗੀ ਖਰਾਬ ਕਰਤੀ ਤਾਂ। ਓਏ ਕੁਛ ਸ਼ਰਮ ਕਰੋ, ਸ਼ਰਮ ਫੇਰ ਵੀ ਤੁਹਾਡੀ ਮਾਂ ਹੈ। ਬਾਪੂ ਇਹ ਠੀਕ ਤਾਂ ਕਹਿ ਰਹੇ ਨੇ, ਕੀ ਕਰਨੀ ਸੀ ਇਹਨੇ ਜ਼ਮੀਨ, ਜਦ ਬਾਹਣੀ ਤਾਂ ਮੁੰਡਿਆਂ ਨੇ ਸੀ। ਦੇਖ ਭਾਈ, ਤੂੰ ਬੰਦਿਆਂ ਚ ਨਾ ਬੋਲ, ਜਾ ਤੂੰ ਕੰਮ ਕਰ ਆਪਣਾ। ਹੁਣ ਕਹਿਣਾ ਬੰਦਿਆਂ ਚ ਨਾ ਬੋਲ, ਫਿਰ ਜ਼ਮੀਨ ਵੀ ਬੰਦਿਆਂ ਦੇ ਨੌਕਰ ਵਾ ਦਿੰਦਾ, ਇਹ ਤੈਨੂੰ ਰੋਟੀ ਨਹੀਂ ਸੀ ਦਿੰਦੇ। ਦੇਖ ਭਾਈ, ਤੁਹਾਡੀ ਦਾਰੂ ਪੀਤੀ ਵੀ ਆ, ਹੁਣ ਤੁਸੀਂ ਆਪਣਾ ਜਾਓ, ਮੈਨੂੰ ਰੋਟੀ ਖਾਣ ਦਿਓ। ਸਾਲਿਆ ਤੂੰ ਖਾਵੇਂ ਚੋਪੜੀਆਂ, ਦੇਖ ਜਾ ਕੀ ਹੈ, ਸਾਡੇ ਤਾਂ ਹਲਕ ਚ ਬੁਰਕੀ ਨਹੀਂ ਡਿੱਗਦੀ ਹੈਗੀ।
ਧੌਲੀ ਦਾੜੀ ਲੈ ਕੇ ਹਾਲੇ ਵੀ ਬੁੜੀ ਪਿੱਛੇ ਕੁੱਤੇ ਵਾਂਗ ਪੂਛ ਮਾਰਦਾ ਫਿਰਦਾ। ਸਾਲੇ ਨੇ ਬੁੜੀ ਦੇ ਨਾਤੇ ਜ਼ਮੀਨ ਲਵਾ ਬਾਪੂ ਨੂੰ ਪੂਰੇ ਹੋਏ ਨੂੰ ਪੂਰੇ 2 ਮਹੀਨੇ ਹੋ ਗਏ। ਮੈਂ ਤਾਂ ਐਂ ਕਹਿੰਨੀ ਆ ਵੀ ਹੁਣ ਆਪਾਂ ਰਾਣੋ ਦਾ ਵਿਆਹ ਵੀ ਕਰਦੀ। ਮਾਤਾ ਜਿਵੇਂ ਤੈਨੂੰ ਸਹੀ ਲੱਗਦਾ ਤੂੰ ਕਰ, ਨਾਲੇ ਜ਼ਮੀਨ ਵਾਲੀ ਗੱਲ ਕਿਹੜਾ ਤੂੰ ਸਾਡੇ ਤੋਂ ਪੁੱਛ ਕੇ ਕੀਤੀ ਹੈ। ਮਾਤਾ ਵਿਆਹ ਵਾਲੀ ਗੱਲ ਤੇਰੀ ਠੀਕ ਆ, ਪਰ ਵਿਆਹ ਕਿਹੜਾ ਲਫਾਫਿਆਂ ਨਾਲ ਹੋ ਜਾਣੇ ਨੇ, ਪੈਸਾ ਤੇ ਲਵੀ ਚਾਹੀਦਾ ਕੋਈ, ਕਿਉਂ ਬਈ? ਸਹੀ ਗੱਲ ਕਹੀ ਤੂੰ ਜਮਾ। ਉਹ ਤਾਂ ਗੱਲ ਤੁਹਾਡੀ ਠੀਕ ਹੈ, ਮੈਂ ਨਾ ਤੁਹਾਡੀ ਮਾਸੀ ਨਾਲ ਗੱਲ ਕਰੂ, ਨਾਲੇ ਤਾਂ ਉਹ ਮੁੰਡਾ ਲੱਭ ਦੂ, ਨਾਲੇ ਪੈਸਿਆਂ ਦਾ ਹੱਲ ਹੋ ਜੂ। ਦੇਖ ਬੇਬੇ, ਮੈਂ ਗੱਲ ਕਰਦੀ ਹਾਂ 2 ਟੁੱਕ, ਅਸੀਂ ਤਾਂ ਪਹਿਲਾਂ ਹੀ ਬਥੇਰੀ ਟੈਨਸ਼ਨ ਕੱਟ ਰਹੇ ਹਾਂ। ਜਿਹਨੇ ਜੋ ਕਰਨਾ ਆਪਣੇ ਸਿਰ 'ਤੇ ਕਰੋ, ਸਾਡੇ ਤੋਂ ਨਹੀਂ ਚੱਕਿਆ ਜਾਣਾ ਹੋਰ ਕਰਜ਼ਾ। ਪੁੱਤ ਤੂੰ ਕਿਉਂ ਘਬਰਾਈ ਜਾਂਦੀ ਆ, ਸਾਰਾ ਖਰਚਾ ਮੈਂ ਖੁਦ ਹੋ ਕੇ ਕਰੂੰ, ਨਾਲੇ ਹੁਣ ਘਰੇ ਥੋੜ੍ਹਾ ਬਿਠਾਉਣੀ ਆ, ਤੋਰਨੀ ਹੋਈ ਆ। ਲੈ ਵੀਰੇ ਰੋਟੀ। ਮੈਨੂੰ ਨਹੀਂ ਚਾਹੀਦੀ, ਬੜੇ ਭਾਈ ਨੂੰ ਪੁੱਛ ਲਾ। ਰੋਟੀ ਵੀਰੇ। ਹੁਣ ਡੰਗਰ ਥੋੜਾ ਹੀ ਆ, ਰੋਟੀਆਂ ਖਾਈ ਜਾਵਾਂਗੇ, ਭਰ ਤਾਂ ਦਿੱਤਾ ਬੇਬੇ ਨੇ ਢਿੱਡ। ਭੈਣ ਜੀ, ਸਾਨੂੰ ਤਾਂ ਤੁਹਾਡੀ ਬੇਟੀ ਬਹੁਤ ਪਸੰਦ ਹੈ, ਹੁਣ ਤੁਸੀਂ ਦੱਸੋ ਤੁਹਾਨੂੰ ਸਾਡਾ ਬੇਟਾ ਕਿਵੇਂ ਦਾ ਲੱਗਿਆ? ਭੈਣ ਜੀ, ਸਾਡੇ ਵੱਲੋਂ ਤਾਂ ਪੂਰੀ ਹਾਂ, ਬਸ ਤੁਸੀਂ ਵਿਆਹ ਦੀ ਤਰੀਕ ਦੱਸੋ। ਵਿਆਹ ਦੀ ਤਰੀਕ ਵੀ ਤਾਂ ਆਪਾਂ ਹੀ ਰੱਖਣੀ ਹੈ, ਅਗਲੇ ਮਹੀਨੇ ਦਾ ਰੱਖ ਲੈਂਦੇ ਹਾਂ। ਫੇਰ ਤਾਂ ਜੀ ਸਾਡੇ ਵੱਲੋਂ ਤੁਹਾਨੂੰ ਪੂਰੀਆਂ ਵਧਾਈਆਂ ਨੇ ਜੀ। ਚੰਗਾ ਜੀ, ਕਰੋ ਜੀ ਫਿਰ ਵਿਆਹ ਦੀਆਂ ਤਿਆਰੀਆਂ। ਹਾਂਜੀ,
ਮੈਨੂੰ ਤਾਂ ਘਰ ਬਹੁਤ ਪਸੰਦ ਆਇਆ। ਅੱਛਾ ਭੈਣ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਬੜੇ ਬਾਈ, ਤਾਂ ਜਾਣਾ ਖੇਤ ਨੂੰ, ਕੋ ਹੋਰ ਬੇਤੀ ਕਰਾਉਣੀ ਇੱਥੇ। ਤੇਰੇ ਕੀ ਸੱਪ ਲੜ ਗਿਆ ਹੋਣਾ? ਸੱਪ ਹੀ ਲੜ ਗਿਆ ਨਾ, ਬੁੜੀ ਨੇ ਜ਼ਮੀਨ ਆਪਣੇ ਨਾਂ ਕਰਾਉਣ ਲੱਗੇ ਸਾਨੂੰ ਪੁੱਛਿਆ, ਤੇ ਨਾ ਐਦਾਂ ਰਿਸ਼ਤਾ ਕਰਨ ਲੱਗੇ। ਅਸੀਂ ਤਾਂ ਮੂੰਹ ਦੇਖਦੇ ਰਹਿ ਗਏ ਇੱਥੇ ਬੈਠੇ। ਬੇ ਪੁੱਤ, ਤੂੰ ਤਾਂ ਬਹਿ ਜਾ, ਮੇਰੀ ਗੱਲ ਸੁਣ। ਮੈਂ ਕਿਹੜਾ ਆਪਦੇ ਫਾਇਦੇ ਵਾਸਤੇ ਹਾਂ ਕੀਤੀ ਆ? ਆਪਣਾ ਰਲ ਮਿਲ ਕੇ ਭਾਰ ਰੌਲਾ ਹੋ ਜਾਊਗਾ, ਨਾਲੇ ਤੁਹਾਡੇ ਕੋਲ ਫਸਲ ਦੇ ਪੈਸੇ ਤਾਂ ਹੈਗੇ ਹੀ ਆ। ਉਹ ਬਸ ਕਰ ਬੇਬੇ, ਚੱਟੀ ਪਈ ਆ ਇਹਨੂੰ ਕੁੜੀ ਦੇ ਵਿਆਹ ਤੇ ਪੈਸੇ ਲਾਉਣ ਦੀ, ਨਾਲੇ ਜ਼ਮੀਨ ਤੇਰੇ ਨਾਲ ਬੋਲਦੀ ਆ, ਤੂੰ ਲਾ ਕੁੜੀ ਦੇ ਵਿਆਹ ਤੇ ਪੈਸੇ, ਹੁਣ ਤੂੰ ਸਾਡੀ ਫਸਲ ਤੇ ਵੀ ਅੱਖ ਰੱਖੀ ਬੈਠੀ ਐ। ਬੇਬੇ, ਤੂੰ ਕਿਉਂ ਲੱਗਦੀ ਇਹਨਾਂ ਦੇ ਮੂੰਹ? ਤੂੰ ਚੱਲ ਅੰਦਰ, ਜੋ ਰੱਬ ਨੇ ਕਰਨਾ ਹੋ ਆਪੇ ਕਰ ਦੂ। ਹਾਂ, ਦੇਖ ਲਾ ਕੁੜੀ ਦੇ ਲੱਛਣ ਕਿਵੇਂ ਬੋਲਦੀ ਆ। ਭਾਬੀ, ਮੈਂ ਬੀਬੀ ਨੂੰ ਸ਼ਹਿਰੋਂ ਦਵਾਈ ਦਵਾਉਣ ਚੱਲੀ ਆ, ਤੇ ਅਸੀਂ ਸ਼ਾਮ ਤੱਕ ਮੁੜ ਆਵਾਂਗੇ, ਸਾਡੇ ਆਉਣ ਤੱਕ ਰੋਟੀਆਂ ਪਕਾ ਕੇ ਰੱਖੀ। ਮੇਰੇ ਤੋਂ ਨਹੀਂ ਪੱਕਦਾ ਤੁਹਾਡੇ ਚੌਣੇ ਦਾ ਲੰਗਰ, ਜਿਹਨੂੰ ਲੋੜ ਆ ਆਪੇ ਪਕਾ ਕੇ ਖਾ ਲਿਓ। ਨਾਲੇ ਕੀ ਹੋਇਆ ਇਹਨੂੰ, ਚੰਗੀ ਭਲੀ ਤਾਂ ਤੁਰੀ ਫਿਰਦੀ ਆ। ਚੰਗਾ ਖਾਂਦੀ ਆ, ਮਾੜਾ ਬੋਲਦੀ ਆ। ਮੂੰਹ ਸੰਭਾਲ ਕੇ ਗੱਲ ਕਰ ਭਾਬੀ, ਮਾਂ ਆ ਉਹ ਮੇਰੀ, ਨਾਲੇ ਅੱਗੇ ਕਿਹੜਾ ਤੇਰੇ ਹੱਥ ਦੀਆਂ ਪੱਕੀਆਂ ਖਾਂਦੇ ਆ। ਰਾਣੋ ਪੁੱਤ, ਤੂੰ ਕਾਹਨੂੰ ਇਹਦੇ ਮੂੰਹ ਲੱਗਦੀ ਆ? ਦੇਖ ਭਾਈ, ਜਿਹਦੇ ਤੋਂ ਨਹੀਂ ਰੋਟੀਆਂ ਪੱਕਦੀਆਂ ਤੂੰ ਰਹਿਣ ਦੇ, ਅਸੀਂ ਆਪ ਹੀ ਲਾ ਲਿਆ ਕਰਾਂਗੇ ਦੋ ਟੁੱਕਰ ਆਪਦੇ। ਆਹੋ, ਬਥੇਰੀ ਜ਼ਮੀਨ ਆ, ਰੱਖ ਲਓ ਕੋਈ ਪਕਾਉਣ ਵਾਸਤੇ, ਨਾਲੇ ਹਿੱਕ ਤੇ ਧਰ ਕੇ ਤਾਂ ਨਹੀਂ ਲੈ ਜਾਏਗੀ ਜ਼ਮੀਨ ਨੂੰ। ਨਿਕਲ ਜਾਂਦੀਆਂ ਨੇ ਤੜਕੇ ਤਿਆਰ ਹੋ ਕੇ, ਜਿਵੇਂ ਮੈਂ ਘਰ 'ਚ ਨੌਕਰਾਣੀ ਰੱਖੀ ਹੋਈ ਆ ਸਭ ਦਾ ਲੰਗਰ ਪਕਾਉਣ ਨੂੰ। ਹਾਂ, ਬੁੜੀ ਤਾਂ ਡੱਕਾ ਨਹੀਂ ਤੋੜਦੀ ਸਾਰਾ ਦਿਨ। ਕਦੇ ਆਉਂਦੀਆਂ ਹੀ ਕਹਿਣਗੀਆਂ, ਸਾਡੇ ਕੱਪੜੇ ਧੋ ਦੇ, ਸਾਨੂੰ ਲੰਗਰ ਪਕਾ ਦੇ। ਮੈਂ ਹੀ ਰੱਖੀ ਹੋਈ ਹਾਂ ਸਭ ਦਾ ਇੱਥੇ ਕੂਚਾ ਮਾਂਜੀ ਕਰਨੇ ਨੂੰ, ਹੁਣ ਆ ਕੇ ਸ਼ਾਮ ਨੂੰ ਫਿਰ ਭਾਲਣਗੀਆਂ ਤਾਜ਼ੀਆਂ ਤਾਜ਼ੀਆਂ। ਰੋਟੀ ਲਿਆਈ? ਮੈਥੋਂ ਨਹੀਂ ਪੱਕਦਾ ਤੁਹਾਡੇ ਸਭ ਦਾ ਲੰਗਰ, ਜਿਵੇਂ ਲੰਗਰ ਬਣਾਉਣ ਨੂੰ ਰੱਖੀ ਹੋਈ ਆ। ਹੁਣ ਤੈਨੂੰ ਕੀ ਹੋ ਗਿਆ? ਮੈਨੂੰ ਕੀ ਹੋਣਾ, ਜਿਹੜਾ ਕੁਛ ਹੋਇਆ ਤੁਹਾਡੀ ਬੁੜੀ ਨੂੰ ਹੋਇਆ। ਸਾਰੀ ਜ਼ਮੀਨ ਤੇ ਸੱਪ ਵਾਂਗੂ ਕੁੰਡਲੀ ਮਾਰ ਕੇ ਬੈਠੀ ਆ, ਜਿੱਦਣ ਦੀ ਜ਼ਮੀਨ ਨੌਕਰ ਆਈ ਆ ਬੁੜੀ ਹੰਕਾਰੀ ਫਿਰਦੀ ਆ। ਪਤਾ ਤੈਨੂੰ ਕਿੰਨਾ ਕੁਛ ਬੋਲ ਕੇ ਗਈਆਂ ਨੇ ਮੈਨੂੰ ਜੈ ਵੱਡੀ ਦੀਆਂ, ਹੁਣ ਗਈਆਂ ਨੇ ਦੋਵੇਂ ਜਣੀਆਂ ਸ਼ਹਿਰ ਨੂੰ, ਪਤਾ ਨੀ ਕਿਹੜਾ ਕਾਰਾ ਕਰਕੇ ਮੁੜਨਗੀਆਂ। ਹਾਂ, ਕੁੜੀ ਵੀ ਘੱਟ ਨੀ ਹੈਗੀ, ਭੋਲੀ ਜੀ ਬਣ ਕੇ ਬੁੜੀ ਨੂੰ ਆਪਣੇ ਹੱਥ ਤੇ ਕਰੀ ਫਿਰਦੀ ਆ। ਲੱਗਦਾ ਰਾਣੋ ਸਾਰੀ ਜ਼ਮੀਨ ਆਪਣੇ ਨਾਂ ਲਵਾਉਣ ਨੂੰ ਫਿਰਦੀ ਆ। ਇੱਥੋਂ 4 ਦਿਨ ਟੱਕੇ ਨੀ ਬੈਠੀ ਦਾ? ਜੇ ਕੋਈ ਬੁੜੀ ਨੇ ਰਾਣੋ ਦੇ ਨਾਲ ਜ਼ਮੀਨ ਲਵਾਤੀ, ਫੇਰ ਬੈਠ ਕੇ ਦੇਖੇ ਜਾਈ ਆਲਾ ਦੁਆਲਾ। ਨਾ, ਜੇ ਸਾਰੀ ਜ਼ਮੀਨ ਬੁੜੀ ਦੇ ਨਾਂ ਬੋਲਦੀ ਆ ਤਾਂ ਇਹਦਾ ਮਤਲਬ ਇਹ ਤਾਂ ਨਹੀਂ ਵੀ ਹੁਣ ਅਸੀਂ ਸਾਰੀ ਉਮਰ ਆ ਬੁੜੀ ਦੀ ਜੁੱਤੀ ਥੱਲੇ ਦੱਬ ਕੇ ਰਹਿਣਾ ਏ। ਉਹ ਬਹਿ ਜਾ ਟੱਕੇ ਯਾਰ, ਕਿਤੇ ਮੇਰੇ ਤੋਂ ਤੂੰ ਨਾ ਜੁੱਤੀਆਂ ਖਾ ਲਈ। ਜਾ ਪਾਣੀ ਲੈ ਗਿਆ? ਹਾਂ, ਮੇਰੀ ਜੁੱਤੀਆਂ ਮਾਰਦੇ ਰਿਹਾ ਕਰੋ, ਮੈਂ ਹੀ ਰਹਿ ਗਈ ਜੁੱਤੀਆਂ ਖਾਣ ਨੂੰ। ਬੁੜੀ ਦੇ ਮੂਹਰੇ ਭੋਲਾ ਜ਼ੋਰ ਨਹੀਂ ਚੱਲਦਾ। ਲੱਗਦਾ ਬੁੜੀ ਦਾ ਵੀ ਕੁਛ ਕਰਨਾ ਪਊ। ਬੇਬੇ,
ਕਿੱਥੇ ਗਈਆਂ ਸੀ? ਪੁੱਤ ਬੇਬੇ ਨੂੰ ਦਵਾਈ ਦਵਾਉਣ ਗਈ ਸੀ ਸ਼ਹਿਰ। ਤੇਰੇ ਨਾਲ ਤਾਂ ਗੱਲ ਮੈਂ ਬਾਅਦ ਚ ਕਰੂੰ। ਕਿੱਥੇ ਗਈਆਂ ਸੀ ਬੇਬੇ? ਪੁੱਤ ਸ਼ਹਿਰ ਗਈਆਂ ਸੀ। ਝੋਲੇ ਚ ਕੀ ਆ ਮਾਤਾ? ਕੁਛ ਨੀ ਪੁੱਤ, ਕੁਛ ਨੀ। ਲਕੋਨੀ ਕਾਤੇ ਆ? ਮਾਤਾ ਤੂੰ ਤਾਂ ਕਹਿੰਦੀ ਸੀ ਝੋਲਾ ਖਾਲੀ ਆ। ਝੋਲਾ ਤਾਂ ਨੋਟਾਂ ਨਾਲ ਭਰਿਆ ਪਿਆ। ਬੋਲਦੀ ਨਹੀਂ, ਕਿੱਥੋਂ ਆਏ ਨੋਟ? ਕਿੱਥੋਂ ਆਇਆ ਨੋਟ? ਨਾ ਬੇਬੇ ਨੂੰ ਕੀ ਪੁੱਛਦਾ, ਮੈਥੋਂ ਪੁੱਛ। ਜ਼ਮੀਨ ਗਹਿਣੇ ਰੱਖ ਕੇ ਆਇਆ 2 ਮਹੀਨਿਆਂ ਲਈ। ਨਾ ਜ਼ਮੀਨ ਤਾਂ ਗਹਿਣੇ ਰੱਖਤੀ, ਛੜਵਾਊਗਾ ਕੌਣ? ਤੇਰਾ ਪਿਓ ਜਿਹੜਾ ਮਰ ਗਿਆ। ਪੁੱਤ ਮੇਰੀ ਗੱਲ ਸੁਣ ਦੋਨੋਂ ਤੁਸੀਂ, ਪਿਛਲੀ ਫਸਲ ਦੇ ਪੈਸੇ ਤੁਸੀਂ ਰੱਖ ਲਏ ਸੀ ਨਾ, ਜਿਹੜੀ ਹੁਣ ਫਸਲ ਵੇਚਾਂਗੇ ਉਹਦੀ ਜ਼ਮੀਨ ਛੁਡਾ ਲਾਂਗੇ ਆਪਾਂ। ਅੱਛਾ, ਆ ਤਾਂ ਉਹ ਗੱਲ ਹੋ ਗਈ। ਖਾਣ ਪੀਣ ਨੂੰ ਬਾਂਦਰੀ, ਡੰਡੇ ਖਾਣ ਨੂੰ ਆਰਿਚ, ਮਿੱਟੀ ਨਾਲ ਮਿੱਟੀ ਹੁੰਦੇ ਰਹਿਣ ਇਹ, ਤੇ ਜ਼ਮੀਨ ਗਹਿਣੇ ਰੱਖਦੀ ਫਿਰੇ ਤੂੰ, ਨਾ ਤੇਰਾ ਫਸਲ ਤੇ ਕਾਹਦਾ ਹੱਕ ਹੋ ਗਿਆ? ਅਸੀਂ ਫਸਲ ਵੇਚ ਕੇ ਜ਼ਮੀਨ ਕਿਉਂ ਛੁਡਾਵਾਂਗੇ ਮਾਤਾ? ਜ਼ਮੀਨ ਤੇਰੇ ਨਾਲ ਬੋਲਦੀ ਆ, ਗਹਿਣੇ ਵੀ ਤੂੰ ਰੱਖੀ ਆ। ਜਿੱਥੋਂ ਮਰਜ਼ੀ ਛੁਡਾ, ਸਾਡੇ ਗੱਲ ਦਾ ਭਾਈ ਖਰਚਾ। ਨਾ ਗੱਲ ਸੁਣ ਬੇਬੇ, ਜੇ ਜ਼ਮੀਨ ਇਹਨਾਂ ਨੇ ਛਡਾਉਣੀ ਆ, ਫਿਰ ਇਹਦਾ ਮਤਲਬ ਤਾਂ ਇਹ ਹੋਇਆ ਵੀ ਇਹਦਾ ਵਿਆਹ ਵੀ ਇਹਨਾਂ ਨਹੀਂ ਕਰਤਾ। ਨਾ ਬੇਬੇ, ਅਸੀਂ ਆਪਣੀ ਕਬੀਲਦਾਰੀ ਨਹੀਂ ਤੋਰਨੀ ਅੱਗੇ। ਕੋਈ ਗੱਲ ਨੀ ਵੀਰੇ, ਜ਼ਮੀਨ ਮੈਂ ਆਪੇ ਛੁਡਾ ਲੂੰ, ਤੂੰ ਚੱਲ ਬੇਬੇ ਅੰਦਰ। ਸਵੇਰ ਦੀਆਂ ਭੁੱਖੀਆਂ ਤੁਰੀਆਂ ਫਿਰਦੀਆਂ, ਕਿਸੇ ਨੇ ਰੋਟੀ ਦਾ ਕੀ ਪੁੱਛਣੀ ਆ, ਆਣ ਸਾਰ ਕਲੇਸ਼ ਪਾ ਕੇ ਬਹਿ ਗਏ। ਚੱਲ ਬੇਬੇ ਅੰਦਰ। ਆ ਦੇਖ ਲਾ ਤੂੰ ਕਿੱਡੀ ਲੁਤਰੋ ਲੱਗੀ ਇਸ ਕੁੜੀ ਨੂੰ, 4 ਗਿੱਠ ਦੀ ਲੁਤਰੋ ਲੱਗੀ ਹੋਈ ਆ, ਵੱਢ ਕੇ ਦੱਬ ਕਿਉਂ ਨੀ ਦਿੰਦਾ ਇਹਨੂੰ? ਮੇਰੇ ਤੇ ਚੜਿਆ ਰਹੋ ਹਰ ਵਕਤ। ਉਦਣ ਪਤਾ ਲੱਗੂ ਜਿੱਦਣ ਸਾਰੀ ਜ਼ਮੀਨ ਤੋਂ ਹੱਥ ਧੋ ਕੇ ਪੈ ਗਏ। ਜੀਜਾ ਜੀ, ਵਿਆਹ 'ਤੇ ਬੜਾ ਖਰਚਾ ਕੀਤਾ ਹੋਇਆ, ਦੇਖਿਓ ਕਿਤੇ ਜ਼ਮੀਨ ਤਾਂ ਨਹੀਂ ਝਟਕਾਤੀ? ਜ਼ਮੀਨ ਤਾਂ ਝਟਕਾਈਏ ਨਾ ਜੇ ਸਾਡੇ ਨਾ ਹੋਵੇ। ਜ਼ਮੀਨ ਤਾਂ ਮਰਦਾ ਮਰਦਾ ਬੁੜਾ ਬੁੜੀ ਦੇ ਨਾਲ ਲਵਾ ਗਿਆ, ਦੇਖਿਆ ਨਹੀਂ ਕਿਵੇਂ ਮੁਖਤਿਆਰੀਆਂ ਕਰਦੀ ਫਿਰਦੀ ਸੀ। ਬੜੇ ਬਾਈ, ਆ ਲੋਕ ਵੀ ਭੈਣ ਜਿਹੜੀ ਦੇ ਜ਼ਖਮਾਂ 'ਤੇ ਲੂਣ ਛਿੜਕਦੇ ਆ, ਲੰਘਦੇ ਪੜਦੇ ਲਾ ਲਾ ਕੇ ਗੱਲਾਂ ਕਰਨਗੇ। ਆ ਜਾਂਦੇ ਆ ਲੰਡੂ ਜ਼ਮੀਨਾਂ ਵਾਲੇ ਘਰ 'ਚ। ਘਰ 'ਚ ਭੈਣ ਚੋਦ ਕੁੱਤੇ 'ਚ ਨਹੀਂ ਪੁੱਛਣੀ ਸਾਡੀ। ਹਾਂ, ਆਹ ਗੱਲ ਮੈਨੂੰ ਕੁੱਤੇ ਵਾਲੀ ਜਚੀ ਜੀਜਾ ਜੀ। ਵੈਸੇ ਇੱਕ ਗੱਲ ਆ, ਰਹੀ ਗੱਲ ਜ਼ਮੀਨ ਦੀ, ਉਹ ਆ ਤੁਹਾਡੇ ਦੋਨਾਂ ਨਾਲ ਧੱਕਾ ਹੀ ਆ। ਚਲੋ ਮੈਂ ਇੱਕ ਦਿਲ ਦੀ ਗੱਲ ਦੱਸਾਂ ਤੁਹਾਨੂੰ, ਦੋਨਾਂ ਨੂੰ ਦੇਖ ਕੇ ਆਉਂਦਾ ਮੈਨੂੰ ਤਰਸ ਜਿਹੀ ਹੈ। ਆਪਾਂ ਗੁੱਸੀਆਂ ਵਾਲੇ ਦਿਨ ਕਾਹਨੂੰ ਇੱਦਾਂ ਦੀਆਂ ਗੱਲਾਂ ਕਰਨੀਆਂ? ਤੁਸੀਂ ਪੈਗ ਲਾਓ। ਵੈਸੇ ਤੁਸੀਂ ਇੱਕ ਗੱਲ ਵੇਖੀ ਆ ਜੀਜਾ ਜੀ, ਭਾਵੇਂ ਮੇਰੇ ਕੋਲ ਇੱਕ ਕੀ ਲਈ ਆ, ਪਰ ਮੇਰੇ ਨਾਂ 'ਤੇ ਤਾਂ ਬੋਲਦਾ।
ਉਹ ਤੁਹਾਡੇ ਕੋਲ ਤਾਂ ਸੁੱਖ ਨਾਲ 12 ਕਿੱਲੇ ਨੇ, ਕਮ ਸੇ ਕਮ ਬੰਦਾ ਦੋ ਹੀ ਨਾਲ ਲਵਾ ਦਿੰਦਾ। ਕੀਤਾ ਮਾਸੜ ਜੀ ਨੇ ਤੁਹਾਡੇ ਨਾਲ ਧੱਕਾ ਹੀ ਆ। ਹੁਣ ਫੇਰ ਡੱਫ ਲਿਓ, ਪਹਿਲਾਂ ਉਹਨੂੰ ਕਲੈਣੀ ਨੂੰ ਦਫਾ ਤਾਂ ਕਰ ਦਿਓ। ਆ ਜਾਓ ਹੁਣ। ਦੇਖ ਭਾਈ ਸੁਰਜੀਤ ਕੁਰੇ, ਅੱਜ ਪੂਰੇ 3 ਮਹੀਨੇ ਹੋ ਗਏ, ਨਾ ਹੀ ਤਾਂ ਤੁਸੀਂ ਪੈਸੇ ਵਾਪਸ ਕੀਤੇ ਔਰ ਨਾ ਹੀ ਵਿਆਜ ਦਿੱਤਾ। ਆਪਣੀ ਲਿਖਤ ਪੜ੍ਹਤ ਦੇ ਮੁਤਾਬਕ ਹੁਣ ਜ਼ਮੀਨ 'ਤੇ ਕਬਜ਼ਾ ਕਰਨਾ ਮੇਰਾ ਹੱਕ ਬਣਦਾ ਹੈ, ਪਰ ਸਰਦਾਰ ਜੀ ਨਾਲ ਪਿਆਰ ਹੋਣ ਕਰਕੇ ਮੈਂ ਤੁਹਾਨੂੰ 1 ਮਹੀਨੇ ਦੀ ਮੁਹਲਤ ਦੇ ਸਕਦਾ। ਔਖੇ ਸੌਖੇ ਹੋ ਕੇ ਪੈਸਿਆਂ ਦਾ ਇੰਤਜ਼ਾਮ ਕਰ ਲਓ, ਨਹੀਂ ਤਾਂ ਮਜਬੂਰਨ ਮੈਨੂੰ ਜ਼ਮੀਨ 'ਤੇ ਕਬਜ਼ਾ ਕਰਨਾ ਪੈਣਾ। ਕਿਹੜੀ ਗੱਲ ਦਾ ਕਰਜ਼ਾ ਸਰਦਾਰ ਜੀ? ਕਰਜ਼ਾ ਜੀ ਨੇ ਲਿਆ ਸੀ ਨਾ, ਹੁਣ ਮੋੜੂਗਾ ਵੀ ਉਹੀ। ਕਰਜ਼ਾ ਲੈਣ ਵਾਸਤੇ ਮਾਤਾ ਗਈ ਸੀ, ਜ਼ਮੀਨ ਨਹੀਂ ਸੀ ਗਈ। ਇੱਕ ਗੱਲ ਕੰਨ ਖੋਲ੍ਹ ਕੇ ਸੁਣ ਲਓ, ਇੱਜ਼ਤ ਨਾਲ ਕਹਿਣਾ, ਜਿਹੜੇ ਪੈਰੀਂ ਆਇਓ ਨਾ ਉਸੇ ਪੈਰੀਂ ਬਾਹਰ ਨਿਕਲ ਜਾਓ, ਨਹੀਂ ਤਾਂ ਦਿਮਾਗ ਖਰਾਬ ਹੋਣ ਲੱਗੇ ਨਾ। 2 ਮਿੰਟ ਲੱਗਦੇ ਮੇਰੇ। ਦੇਖ ਜਾ ਲਿਆ, ਬਹੁਤਾ ਗਰਮ ਨਾ ਹੋ, ਅਤੇ ਤੂੰ ਭੀਖ ਮੰਗਣ ਨਹੀਂ ਆਇਆ ਮੈਂ, ਜੇ ਪੈਸੇ ਦਿੱਤੇ ਸੀ ਤਾਂ ਲੈਣ ਆਇਆ, ਲੱਗੀ ਸਮਝ? ਦੇਖੋ ਭਾਈ, 1 ਮਹੀਨੇ ਦੀ ਤੁਹਾਨੂੰ ਮੋਹਲਤ ਦਿੱਤੀ ਹੈ, ਅਗਰ 1 ਮਹੀਨੇ ਦੇ ਵਿੱਚ ਪੈਸੇ ਨਾ ਦਿੱਤੇ ਤਾਂ ਮੈਨੂੰ ਮਜਬੂਰਨ ਕੋਈ ਕਾਰਵਾਈ ਕਰਨੀ ਪਊ। ਕਰਲਵੇ ਨੇ ਜਿਹੜੀ ਕਾਰਵਾਈ ਕਰਨੀ ਆ, ਦਿਮਾਗ ਖਰਾਬ ਹੋਇਆ ਸੀਗਾ ਤੇਰਾ? ਕਿਹਨੇ ਕਿਹਾ ਸੀ ਤੈਨੂੰ ਕਰਜ਼ਾ ਲੈਣ ਵਾਸਤੇ ਜ਼ਮੀਨ ਗਹਿਣੇ ਧਰਨ ਨੂੰ? ਅਸੀਂ ਕਿਹਾ ਸੀ ਰਾਣਾ ਦਾ ਵਿਆਹ ਕਰਨਾ, ਹੁਣ ਆਪਣੀ ਫਸੀ ਆਪੇ ਨਿਬੜੀ। ਕਰੂਗਾ ਇਹ ਕਾਰਵਾਈ, ਫੜ ਕੇ ਦੇਖੇ ਖੇਚ, ਲੱਤਾਂ ਨਹੀਂ ਤੋੜੂ ਇਹਦੀਆਂ। ਉਦੋਂ ਤਾਂ ਲਿਆਉਂਦੀਆਂ ਸੀ ਮਾਮਾ ਧੀਆਂ ਝੋਲੇ ਭਰ ਭਰ ਕੇ ਨੋਟਾਂ ਦੇ। ਸਤਿ ਸ਼੍ਰੀ ਅਕਾਲ ਸੇਠ ਜੀ। ਸਤਿ ਸ਼੍ਰੀ ਅਕਾਲ ਜੀ, ਆਓ ਜੀ ਬੈਠੋ ਜੀ। ਹਾਂਜੀ ਸੇਠ ਜੀ, ਕਿੰਨੇ ਕੁ ਦਾ ਵਿਕਦਾ ਕਿੱਲਾ? ਭਾਈ ਅੱਜ ਕੱਲ੍ਹ ਤਾਂ ਤੁਹਾਨੂੰ ਪਤਾ ਹੀ ਹੈ, ਜ਼ਮੀਨਾਂ ਦਾ 8-9 ਲੱਖ ਰੁਪਇਆ ਮਸਾਂ ਮਿਲਦਾ ਕਿੱਲੇ ਦਾ। ਚੱਲ ਕੋਈ ਨਾ, ਜੇ ਕੋਈ ਗਾਹਕ ਹੋਇਆ ਨਾ ਤਾਂ ਆਪਣੀ ਜ਼ਮੀਨ ਜ਼ਰੂਰ ਦਿਖਾ ਦਿਓ, ਪਰ ਯਾਦ ਰੱਖਿਓ ਉਸ ਤੋਂ ਘੱਟ ਨਹੀਂ ਅਸੀਂ ਵੇਚਣਾ ਹੈਗਾ। ਠੀਕ ਹੈ ਜੀ। ਚੰਗਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।
कोने तो लैके परे तक ले जा, सीधा रखना भी तेनू, नाल दी नाल निशानी लाई जाओ, ठीक है? आ मिणके जल्दी आओ। देख भाई सरजीत कुरे, जमीन आ गई इन्हें पसंद, नाले सुख ना रेट भी वधिया दे रहे। हुण ही तो पहला कि कोई कजिया कलेस खड़ा होवे, सवेरे जल्दी जल्दी जाके रजिस्ट्री करा दे। लियाओ जी पैसे, आ लो जी 50,000 रुपया एडवांस। ठीक है जी, जिवें तुसीं ठीक समझो। ओ आजा कर बे चाह पीला। किथे ले रहे जमीन फिर? जमीन बेबे गाक ले फिर दी सी जमीन वास्ते। कदों दी गल है? अज रजिस्ट्री होनी आ। साला सानू किसे गल दा पता ही नहीं। गोरिया चाह तां पी जांदा। ਪਾਬੀ ਮੈਨੂੰ ਰਿਸ਼ਤਾ ਆਉਂਦਾ ਨਾ 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 ਹਾਏ ਪਾਬੀ ਮੈਨੂੰ ਰਿਸ਼ਤਾ ਆਉਂਦਾ। ਕੀ ਗੱਲ, ਬੜਾ ਖੁਸ਼ ਹੈ ਅੱਜ? ਖੁਸ਼ ਕਿਉਂ ਨਾ ਹੋਵਾਂ ਭਾਬੀ, ਕੋਈ ਰਿਸ਼ਤਾ ਕਰਾਉਂਦਾ ਮੈਨੂੰ। ਰਿਸ਼ਤਾ ਕੌਣ ਕਰਾਉਂਦਾ ਰਿਸ਼ਤਾ? ਮੈਂ ਖਾਖਾ ਪਾੜ ਕੇ ਨਾ ਰੱਖਦਾ ਜਿਹੜਾ ਰਿਸ਼ਤਾ ਕਰਾਊਗਾ ਤੈਨੂੰ। ਕੀ ਗੱਲ, ਤੈਨੂੰ ਮੇਰੇ ਤੋਂ ਰੱਜ ਨਹੀਂ ਆਉਂਦਾ? ਕਦ ਤੱਕ ਪਕਾਨੇ ਚੁੱਲ੍ਹੇ ਦੀ ਅੱਗ ਸੇਕੂੰਗਾ ਭਾਬੀ, ਨਾਲੇ ਗੱਲ ਅੱਗ ਦੀ ਨਹੀਂ ਹੱਕ ਦੀ। ਦੱਸ ਕਿਹੜਾ ਹੱਕ ਨਹੀਂ ਦਿੱਤਾ ਤੈਨੂੰ? ਹੋਰ ਕੀ ਚਾਹੀਦਾ ਤੈਨੂੰ? ਆਪਣਾ ਘਰ ਨਹੀਂ ਵਸਾਉਣਾ ਮੈਂ? ਗੱਲ ਸੁਣ ਵੇ, ਜੇ ਤੂੰ ਆਪਣੀ ਘਰਵਾਲੀ ਨੂੰ ਮੇਰੀ ਸੌਖਣ ਬਣਾ ਕੇ ਘਰ 'ਚ ਕਲੇਸ਼ ਹੀ ਚਾਹੁੰਦਾ ਹੈ ਨਾ, ਤਾਂ ਫਿਰ ਕਰਾ ਲਾ ਰਿਸ਼ਤਾ। ਭਾਬੀ ਤੂੰ ਵੀ ਅੱਜ ਕੱਲ੍ਹ ਆਕੜਾਂ ਬਹੁਤ ਕਰਦੀਆਂ, ਨੇੜੇ ਨਹੀਂ ਹੁਣ ਦਿੰਦੀ। ਓਹੋ, ਹੋਰ ਦੱਸ ਕਿੰਨਾ ਨੇੜੇ ਆ ਜਾ। ਬੇਬੇ 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 ਕਿੱਥੇ ਆ? ਬੇਬੇ ਤਾਂ ਸ਼ਹਿਰ ਗਈ ਆ ਦਵਾਈ ਲੈਣ। ਉਹ ਦਵਾਈ ਦਵੂਈ ਨਹੀਂ ਲੈਣ ਗਈ, ਉਹ ਦਵਾ ਕੱਢਣ ਗਈ ਆ, ਬਰਬਾਦ ਕਰ ਦੂਗੀ ਆਪਾਂ ਨੂੰ। ਆ ਜਾ ਉਹ, ਆ ਜਾ ਛੇਤੀ, ਹੁਣ ਬੈਠ ਛੇਤੀ।
माता जी बस तो चली गई जी। ओ चंदू। हाँ जी। माता तो नहीं देखी साड़ी? माता इधर गई जी। बस चढ़ी है? तुर के गई है। हाँ बेबे, कहाँ चली सी? ओ पुत्र, मैं ना शहर चली सी गी, दवाई मुक गई सी ना तां करके। चल आ जा, बह जा, असीं भी शहर ही चले हैं। चंगा। हो गया नू? मोटरसाइकिल खराब हो गया। भाई तो देनी मना। भाई की करना होना? तेनू नहीं पता की करना? परना पा। ले भाई पाता पड़ना। बेबे दो चार साल हो रुक जाती। रब्बा किड्डा कहर पाता तू साडे ते। बड़े भाई बाली चंगी सी बेबे। बड़े भाई पुलिस हुण की करिए? भजी ना है? नहीं भजता। ठीक है ना, तेन सौन लगी बेबे की, भजना नहीं। फड़ो इनू, फड़ो भेजन, भजन की कोशिश ना करी। हो जनाब मैं तो चाके भी नहीं भज सकता। बड़ा भाई बेबे की सौ देख के गया।
मुंडा होया अच्छा ठीक है जी ठीक है बहुत बहुत बधाइयां हो की ना रखे मेरे पुत दा हजे तक कोई नहीं रखे जी बस सारे जने थोड़े नाल नाल बुलांदे आ शमशेर सिंह हाँ भाई वधिया ना नाम हाँ भाई बहुत वधिया ना है शमशेर सिंह शेरा हाँ आ कीती ना छोटे जीजा जी गल शेरा अच्छा शहर वकील कोल गया सी जमानत बारे गल हुई उहदे नाल हाँ हाँ जीजा मैनू उहने कल ही बुलाया वा नाले ओह खर्चा पानी मंगदा सी थोड़ा जिहा आड़ते उत्ते फट के दे देने सी पैसे ओ चलो भाई मुलाकात दा टाइम खत्म हो गया खड़े गल्ले ही करी जाने हो चंगा जी मैं चलदी हां तुसी अपना ध्यान रखियो वकील साहब हुण तां बहुत टाइम हो गया जी हुण तां करवा दो गोरे हुणा दी जमानत नारायणिया ये 302 दा मुकदमा है कोई 323-324 दा नहीं भी नाल दी नाल जमानत होजू टाइम तां लगू जे मेरी मन्नो तां जमानत तां चुटकियां च होजू जे तुसी कर लोगे तां वकील साहब तुसी जो कहोगे मैं कर ली तैयार हां नारायणिया जमानत तां होजू रुपया लगू 50,000 क्योंकि कम थोड़ा टेढ़ा है तुसी 50,000 दा फिकर ना करो जी अपना कम होना चाहिदा मैं इउं गया ते इउं आ गया चंगा वकील साहब सत श्री अकाल जी आ तेरे वाला फोन नहीं यार की करना ओ करे फोन करना ध्यान ना करी चंगा ले ओए ता जीजा जी दा फोन आ हेलो सत श्री अकाल जीजा जी ओ जमानत दा की बणया ओहो जीजा जी मैं सारा हल कर लिया वकील नाल लड़के पर मैनू इक वकील ने स्कीम दसी आ केड़ी स्कीम आ ओ कहंदा जिन्नी अपनी जमीन आ ना ओदे विचों जेड़ी हैगी आ जैले दी जदों आपां हाँ ये स्कीम ठीक है होगी गल होगी जमानत की गल हुई है हो जानी है ओ रिया ओए जमानत हो गई तुहाडी हाँ ओए की नाम है तेरा चेला तेरी नहीं होई तेरा की नाम ओए जिगोरा आजा तेरी होगी आकी भाई तेरी जमानत होगी मेरी जमानत ओ कतल केस है हौली हौली होजू जिवें मेरी होगी उवें तेरी होजू नाले मैं बाहर चलिया तो हाँ करदा कोई हीला देखी भाई धोखा ना कमाची कित तेरे कहने ते मैं मां दे गल च पाया सी परना नहीं तो
नहीं तो मैं यह नखिद काम करने की की लोड़ सी भाई। वो घबराना क्यों है शेर है तू यार, शेर कदे ज्यादा टाइम पिंजरे च नहीं रहिंदे, नाले तू मेरा शरीक थोड़ा। मैं तेनू कहा ना मैं करदा हल बाहर जाके, मां जाया भाई है तू मेरा। वो चल आ जा हुण कि फिर करा अंदर दुबारे। चंगा फिर मैं चलदा। आ लो जी सांभो अपने पुत्र। वाह भाई वाह, वाह भाई वाह, मेरा पुत शेर सिंह। ओए 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 ओए, आजो जी, सारी जमीन थोड़े ते जले दे नौते होगी। ये तो बहुत बढ़िया हो गया, साली दे करके जेल कटनी पाई। ओ छड्डो जीजा जी, ਪੁਰਾਣੀਆਂ ਗੱਲਾਂ ਕਿਉਂ ਕਰਦੇ ਰਹਿੰਦੇ ਹੋ? ਨਾਲੇ ਸੱਚ ਰਾਣੋ ਆਈ ਸੀ, ਕਹਿੰਦੀ ਜ਼ਮੀਨ 'ਚ ਮੇਰਾ ਵੀ ਹਿੱਸਾ ਬਣਦਾ। ਉਹਦਾ ਕਾਹਦਾ ਹਿੱਸਾ, ਉਹਦੇ ਵਿਆਹ ਵਾਲਾ ਕਰਜ਼ਾ ਤਾਂ ਹੁਣ ਤੱਕ ਲਾਉਂਦੇ ਮਰ ਗਏ ਸੀ, ਬਾਅਦ 'ਚੋਂ ਮੋੜ ਦੀਏ ਦੁਬਾਰਾ ਆਈ ਤਾਂ ਲੋੜ ਨੇ ਉਹਨੂੰ ਬੜਾ ਮੂੰਹ ਲਾਉਣ ਦੀ। ਉਹ ਛੱਡੋ ਜੀਜਾ ਜੀ, 24 ਘੰਟੇ ਚੜ੍ਹੇ ਹੀ ਰਹਿੰਦੇ ਹੋ। ਓਏ ਆ ਜਾਓ ਆਪਾਂ ਮੁਰਗਾ ਮੁਰਗਾ ਬਣਾਉਂਦੇ ਹਾਂ, ਕਿੰਨੇ ਦਿਨ ਹੋ ਗਏ ਬੈਠਿਆਂ ਨੂੰ। ਅੱਜ ਤੂੰ ਰਿਸ਼ਤੇਦਾਰੀ ਨਿਭਾ ਕੇ ਦਿਖਾਤੀ ਵੀ ਰਿਸ਼ਤੇਦਾਰੀ ਹੁੰਦੀ ਕੀ ਹੈ। ਇਹ ਮੇਰੀ ਜ਼ਮਾਨਤ ਕਰਾਉਣੀ ਹੈ, ਜੈਲੇ ਦੀ ਨਹੀਂ ਕਰਾਉਣੀ, ਇਹ ਸਲਾਹ ਤੈਨੂੰ ਦਿੱਤੀ ਕਿਹਨੇ ਆ? ਜੀਜਾ ਜੀ, ਇਹ ਸਾਰੀ ਸਲਾਹ ਮੈਨੂੰ ਵਕੀਲ ਨੇ ਦਿੱਤੀ ਆ। ਇਹਦਾ ਮਤਲਬ ਵਕੀਲ ਹੋਰ ਵੀ ਬਹੁਤ ਕੁਛ ਕਰਵਾ ਸਕਦਾ। ਬਿਲਕੁਲ ਜੀਜਾ ਜੀ, ਤੁਸੀਂ ਹੁਕਮ ਕਰੋ, ਦੱਸੋ ਕਰਾਉਣਾ ਕੀ ਆ। ਉਹ ਨਾ ਨਾ, ਅੱਜ ਤਾਂ ਕੋਈ ਕੰਮ ਨਹੀਂ, ਜਦੋਂ ਕੁਛ ਹੋਇਆ ਜ਼ਰੂਰ ਦੱਸਾਂਗੇ। ਚੁੱਪੇ ਕਲਾ। ਬਾਈ ਆਪਣੀ ਵੀ ਰਿਹਾਈ ਹੋ ਜਾਣੀ ਕੱਲ ਨੂੰ, ਬਾਈ ਆਪਣੀ ਵੀ ਰਿਹਾਈ ਹੋ ਜਾਣੀ ਕੱਲ ਨੂੰ। ਕੀ ਗੱਲ ਹੋ ਗਈ ਬਾਈ, ਕਈ ਦਿਨ ਹੋ ਗਏ ਦਾਜੇ ਨੂੰ, ਨਾ ਚੱਜਣਾ ਖਾਣਾ ਨਾ ਪੀਣਾ। ਕੁਛ ਨਹੀਂ ਬਾਈ, ਲਹੂ ਦਾ ਰੰਗ ਚਿੱਟਾ ਹੋ ਗਿਆ। ਭਾਈ ਭੈਣ ਕੋਈ ਆਪਣਾ ਨਹੀਂ, ਕੋਈ ਰਿਸ਼ਤਾ ਨਹੀਂ ਸਾਲਾ ਦੁਨੀਆ 'ਤੇ। ਆ ਲੈ ਬਾਈ ਟੈਨਸ਼ਨ ਨਾ ਕਰ, ਘਰੇ ਫੋਨ ਕਰ, ਆ ਲੈ ਚੱਕ। ਨਾ ਬਾਈ। ਕੀ ਹੋਇਆ? ਮੇਰਾ ਜੀ ਨਹੀਂ ਕਰਦਾ ਘਰੇ ਗੱਲ ਕਰਨ ਨੂੰ। ਚੱਲ ਫਿਰ ਬਾਈ ਤੂੰ ਟੈਨਸ਼ਨ ਨਾ ਕਰ, ਕੱਲ ਮੇਰੀ ਰਿਹਾਈ ਹੋ ਜਾਣੀ ਆ, ਮੈਂ ਕਰਦਾ ਜਾ ਕੇ ਬਾਈ ਨਾਲ ਗੱਲ। ਮੈਂ ਕਰਦਾ ਬਾਈ ਨੇ ਜਾ ਗੱਲ। ਉਹ ਗੋਰਾ ਸਿੰਘ ਘਰੇ ਹੀ ਆ। ਉਹ ਹਾਕਮਾ ਕੀ ਹਾਲ ਆ ਤੇਰੇ, ਬੱਲੇ ਬੱਲੇ। ਉਹ ਕੀ ਹਾਲ ਆ ਬਾਈ? ਆ ਜਾ ਆ ਜਾ, ਲੰਘਿਆ ਲੰਘਿਆ। ਹੋਰ ਬਾਈ? ਉਹ ਬੜਾ ਚੱਤ ਘਰ ਪਰਿਵਾਰ ਠੀਕ ਆ? ਸਭ ਠੀਕ ਆ। ਭਰਜਾਈ ਦਾ ਕੀ ਹਾਲ ਆ? ਭਰਜਾਈ ਸਭ ਠੀਕ ਆ। ਜੱਸੀ ਪਾਣੀ ਲੈ ਕੇ ਆਈ? ਉਹ ਆ ਜਾ ਹਾਕਮਾ ਬਹਿ ਜਾ। ਵਾਹ ਬਾਈ ਵਾਹ, ਬਾਹਰ ਕਦੋਂ ਆਇਆ? ਕੀ ਹਾਲ ਆ ਤੇਰੇ? ਬਾਹਰ ਕਦੋਂ ਆਇਆ ਸੀ? ਜ਼ਮਾਨਤ ਮਿਲ ਗਈ ਸੀ? ਜ਼ਮਾਨਤ ਨਹੀਂ ਬਾਈ, ਆਪਾਂ ਤਾਂ ਬਰੀ ਹੋ ਗਏ।
ਓ ਬਾਬਾ ਜੀ ਵਾਹ ਵਧਾਈਆਂ ਸਾਡਾ ਘਰ ਕਿਵੇਂ ਲੱਭਿਆ ਬਾਈ ਘਰ ਕਿਹੜਾ ਲੱਭਣਾ ਔਖਾ ਉਹ ਜੈਲੇ ਨੇ ਡਰੈਸ ਦਿੱਤੇ ਲੈ ਕੇ ਤੇ ਨਾਲੇ ਜਿਹੜਾ ਕੰਮ ਤੁਸੀਂ ਕੀਤਾ ਹਰੇਕ ਥੋੜੀ ਨਾ ਕਰ ਸਕਦਾ ਓ ਜੱਸੀ ਪਾਣੀ ਲੈ ਕੇ ਆਓ ਲਿਆਉਣੀ ਆ ਬਾਈ ਜੈਲੇ ਬਾਈ ਨੇ ਸੁਨੇਹਾ ਭੇਜਿਆ ਸੀ ਉਹ ਬਹੁਤ ਬਿਮਾਰ ਆ ਹਲੋ ਪਾਣੀ ਪੀ ਪਹਿਲਾਂ ਪਹਿਲਾਂ ਪਾਣੀ ਪੀ ਤਿੰਨ ਮਹੀਨੇ ਹੋ ਗਏ ਕਿਸੇ ਨੇ ਖਬਰਸਾਰ ਨਹੀਂ ਲਈ ਪੈਸੇ ਧੇਲੇ ਤੋਂ ਵੀ ਔਖਾ ਵਾ ਮੈਂ ਜਾਣਾ ਸੀ ਯਾਰ ਕੰਮਾਂ ਧੰਦਿਆਂ 'ਚ ਇੰਨੇ ਉਲਝੇ ਪਏ ਵਾ ਬਸ ਬਸ ਜਾ ਕੇ ਆਉਂਦਾ ਮੈਂ ਚੱਲ ਚੰਗਾ ਫਿਰ ਚੱਲਦਾ ਮੈਂ ਹਾਂ ਹਾਂ ਠੀਕ ਹੈ ਤੇ ਜਾ ਕੇ ਆਇਓ ਬਾਈ ਮੈਂ ਜਾਂਦਾ ਹੱਕ ਜਾਂਦਾ ਨਹੀਂ ਜਾ ਕੇ ਆਇਓ ਉਹਦੇ ਕੋਲੇ ਨਾਲੇ ਖਰਚੇ ਪਾਣੀ ਤੋਂ ਔਖਾ ਉਹ ਉਹ ਮੈਂ ਜਾਂਦਾ ਮੈਂ ਹੱਕ ਵਾ ਉਹ ਸ਼ੁਕਰ ਕਰ ਮੇਰੀ ਰਿਹਾਈ ਹੋ ਗਈ ਉਹ ਜਾ ਤੂੰ ਮੰਨ ਤਾਂ ਮੈਂ ਸੁਨੇਹਾ ਲਾਤਾ ਮੰਨ ਮੰਨ ਹੋਰ ਕੋਈ ਹੈ ਨਹੀਂ ਸੁਨੇਹਾ ਲਾਉਣ ਵਾਲਾ ਜਾ ਕੇ ਆਇਓ ਜ਼ਰੂਰ ਮਿਲੇ ਆਓ ਜੀ ਬਿਮਾਰ ਆਓ ਜੇ ਕੋਈ ਕੱਲ ਨੂੰ ਗੱਲ ਹੋ ਗਈ ਤਾਂ ਪਿੰਡ ਵਾਲਾ ਨੇ ਕਹਿਣਾ ਕੋਈ ਮਿਲਣ ਨਹੀਂ ਗਿਆ ਉਹ ਜਾ ਆਉਂਦੇ ਆ ਇੱਕੋ ਗੱਲ ਦੇ ਪਿੱਛੇ ਨਾ ਪੈ ਜਾ ਕਰੋ ਸਾਰੇ ਅੱਜ ਰੋਟੀ ਖਾ ਲਓ ਕੀ ਬਣਾਇਆ ਟੀਂਡੇ ਬਣਾਇਆ ਇੱਕ ਤਾਂ ਭੈਣ ਚੋ ਟੀਂਡੇ ਨਹੀਂ ਖੜਾ ਛੱਡਦੇ ਆ ਗਿਆ ਭੈਣ ਚੋ ਬੂਥਾ ਚੱਕ ਕੇ ਮੇਰੇ ਜੀ ਤਾਂ ਕਰਦਾ ਮੈਂ ਤੇਲ ਚੋਵਾਂ ਭੈਣ ਚੋ ਤਿੰਨ ਮਹੀਨੇ ਹੋ ਗਏ ਨਾ ਕੋਈ ਮੁਲਾਕਾਤ ਨਾ ਕੋਈ ਜ਼ਮਾਨਤ ਦੀ ਹਿੱਲ ਜੁੱਲ ਭੈਣ ਚੋ ਦਾ ਬਾਹਰ ਨਜ਼ਾਰੇ ਲੈਂਦਾ ਮੈਂ ਇੱਥੇ ਇਕੱਲਾ ਹੀ ਜੇਲ੍ਹ 'ਚ ਸੜੀ ਜਾਂਦਾ ਉਹ ਨਹੀਂ ਛੋਟੇ ਵੀਰ ਤੈਨੂੰ ਐਵੇਂ ਲੱਗਦਾ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ ਭਾਬੀ ਦਾ ਤੈਨੂੰ ਪਤਾ ਬਿਮਾਰ ਰਹਿੰਦੀ ਹੈ ਅਤੇ ਭਤੀਜ ਤੇਰਾ ਨਿੱਕਾ ਟਾਈਮ ਹੀ ਨਹੀਂ ਨਿਕਲਦਾ ਮੈਂ ਵਕੀਲ ਕੋਲ ਗਿਆ ਸੀ ਜ਼ਮਾਨਤ ਵਾਸਤੇ ਕੀ ਕਹਿੰਦਾ ਵਕੀਲ ਉਹ ਕਹਿੰਦਾ ਜ਼ਮਾਨਤ ਤਾਂ ਹੋਜੂਗੀ ਇੱਕ ਹਫ਼ਤੇ 'ਚ ਰੁਪਈਆ 10 ਲੱਖ ਲੱਗਣਾ ਤੇ ਇੰਨੀ ਵੱਡੀ ਰਕਮ ਮੇਰੇ ਕੋਲ ਹੈ ਨਹੀਂ ਹੈ ਬੜੇ ਬਾਈ ਤੇਰੇ ਵੇਲੇ ਰਕਮ ਛੋਟੀ ਸੀ ਮੇਰੀ ਵਾਰੀ ਵੱਡੀ ਹੋ ਗਈ ਮੇਰੇ ਵਾਰੀ ਤਾਂ ਨਰੈਣੇ ਨੇ ਪੈਸੇ ਲਾਏ ਸੀ ਬਸ ਜਦੋਂ ਫਸਲ ਆ ਗਈ ਹੌਲੀ ਹੌਲੀ ਕਰਕੇ ਉਹਦੇ ਮੈਂ ਦੇ ਦੂੰਗਾ ਬਾਈ ਫਿਰ ਕਹਿ ਨਰੈਣੇ ਨੂੰ ਮੇਰੀ ਜ਼ਮਾਨਤ ਵੀ ਕਰਾ ਦੇ ਐਵੇਂ ਮੋੜ ਦੂੰਗਾ ਹੌਲੀ ਹੌਲੀ ਉਹਦੇ ਪੈਸੇ ਮੈਂ ਤਾਂ ਕਹਿੰਦਾ ਬਾਈ 12 ਕਿੱਲੇ ਜ਼ਮੀਨ ਦੇ ਆਉਂਦੇ ਆਪਾਂ ਨੂੰ ਜਿੰਨੇ ਜ਼ਮਾਨਤ 'ਤੇ ਲੱਗਦੇ ਆ ਉਹਨੇ ਜ਼ਮੀਨ ਵੇਚ ਦਿੰਦੇ ਨਾ ਜ਼ਮੀਨ ਨਹੀਂ ਮੈਂ ਵੇਚਣੀ ਹੈਗੀ ਬਾਈ ਚੱਲ ਠੀਕ ਆ ਜਿਵੇਂ ਤੇਰੀ ਮਰਜ਼ੀ ਚਲੋ ਜਾ ਹੁਣ ਬਹੁਤ ਹੋ ਗਈ ਮੁਲਾਕਾਤ ਚਲੋ ਬਹਿ ਜਾ ਉੱਥੇ ਜੇ ਇੱਥੇ ਜੇਲ੍ਹ 'ਚ ਛੱਡਦਾ ਰਿਹਾ ਜ਼ਮੀਨ ਦਾ ਫਾਇਦਾ ਕੀ ਹੈ ਉਹਨੂੰ ਕਿਹੜਾ ਹੈਕ 'ਤੇ ਰੱਖ ਕੇ ਲੈ ਜਾਏਗਾ ਉਹ ਤਾਂ ਕਿਸੇ ਦੇ ਕੰਮ ਵੀ ਨਹੀਂ ਆਉਣੀ ਦੇਖ ਛੋਟੇ ਵੀਰ ਠੀਕ ਆ ਬੜੇ ਬਾਈ ਕਰਦੇ ਸੌਦਾ ਸਮੀਤ ਦਾ Thank you.
ਕਿੰਨਾ ਟਾਈਮ ਹੋ ਗਿਆ ਖੇਤੀ ਕਰਦੇ ਨੂੰ? ਬਸ ਆਈ ਚਲਾਈ ਚੱਲਦੀ ਹੈ। ਗੱਲ ਤਾਂ ਤੇਰੀ ਠੀਕ ਆ ਬੜੇ ਬਾਈ, ਤੇਰੇ ਕੋਲ ਵੀ ਜ਼ਮੀਨ 4 ਕਿੱਲੇ ਰਹਿ ਗਈ। ਹਾਂ ਸਹੀ ਗੱਲ ਹੀ ਕਹਿੰਦਾ ਛੋਟਾ ਜੀਜਾ ਜੀ, ਜਿੰਨਾ ਮਰਜ਼ੀ ਮਿੱਟੀ ਨਾਲ ਮਿੱਟੀ ਹੋ ਲਿਓ, ਮਿਲਣੀ 2 ਟਾਈਮ ਦੀ ਰੋਟੀ ਹੋਈ ਆ। ਮੈਂ ਸੋਚਦਾ ਬਾਈ ਤੇਰੇ ਵਾਲੀ ਜ਼ਮੀਨ ਵੀ ਮੈਂ ਹੀ ਮਾਮਲੇ 'ਚ ਰੱਖ ਲਾਂ, ਪਰ ਫਿਰ ਮੈਂ ਕੀ ਕੰਮ ਕਰੂੰਗਾ? ਤੈਨੂੰ ਟਰੱਕ ਪਾ ਦਿੰਦੇ, ਨਾਲੇ ਬਾਹਰ ਆਉਂਦਾ ਜਾਂਦਾ ਰਹੇਗਾ। ਉਦੋਂ ਤੱਕ ਟਰਾਂਸਪੋਰਟ ਵੀ ਖੜੀ ਹੋ ਜੀ ਬਾਈ, ਟਰੱਕ ਵੀ ਪੈਸਿਆਂ ਨਾਲੇ ਪਊਗਾ। ਨਾ ਰਹਿਣੇ ਆ, ਪ੍ਰਾਹੁਣਾ ਤੁਹਾਡਾ ਭੈਣ ਚੋਦ ਹੈ, ਮੈਂ ਗੱਲਾਂ ਗੱਲਾਂ 'ਚ ਟਰਾਂਸਪੋਰਟ ਖੜੀ ਕਰ ਦਿੰਦਾ। ਉਹ ਕਰਤੀ ਨਾ ਛੋਟਾ ਜੀਜਾ ਜੀ, ਉਹੀ ਫੁੱਦੂ ਵਾਲੀ ਗੱਲ, ਉਹ ਅਸੀਂ ਵੀ ਪੁਰਾਣੇ ਖੁੰਡ ਆ, ਹੈ ਆ ਨਰਾਣਾ ਕੀ ਰਗੜ ਕੇ ਗੋਡੇ 'ਤੇ ਲਾਉਣਾ। ਉਹ ਨਾਲੇ ਜੀਜਾ ਜੀ ਥੋੜ੍ਹੀ ਬਹੁਤੇ ਤੁਸੀਂ ਕਰ ਲਓ, ਉਹ ਬਾਕੀ ਮੇਰੇ 'ਤੇ ਛੱਡ ਦਿਓ। ਟਰਾਂਸਪੋਰਟ ਫਿਰ ਖੜੀ ਕਰ ਲਿਓ, ਆ ਜਾਓ ਪਹਿਲਾਂ ਰੋਟੀ ਖਾ ਲਓ। ਭੈਣੇ ਵਧਾਈਆਂ, ਹੁਣ ਤਾਂ ਗੱਡੀਆਂ ਵਾਲੇ ਹੋ ਗਏ ਆਪਾਂ। ਚੰਗਾ ਬੜੇ ਬਾਈ, ਉਹ ਧਿਆਨ ਨਾਲ ਜਾਇਓ ਛੋਟੇ ਜੀਜਾ ਜੀ। ਆ ਰੁਕ ਛੋਟੇ ਜੀਜਾ ਜੀ, ਆ ਫੜੀ ਭੈਣੇ। ਕਿਉਂ ਜੀਜਾ ਜੀ, ਮੰਨਦੇ ਹੋ ਨਾ ਫਿਰ ਮੇਰੀ ਸਕੀਮ ਨੂੰ? ਤਾਂ ਹੀ ਤਾਂ ਗਧੇ ਨਹੀਂ ਖਾਂਦੇ ਫੀਮ ਨੂੰ। ਓਏ ਮੈਂ ਤੇਲ ਟਾਇਰਾਂ 'ਤੇ ਨਹੀਂ ਪਾਇਆ, ਸਾਲੇ ਦੀਆਂ ਜੜਾਂ 'ਚ ਪਾਇਆ। ਮੈਂ ਲਾਇਆ ਹਿਸਾਬ ਨਰੈਣਿਆ, ਤੂੰ ਨੇਰੀ ਜਲੇਬੀ ਹੈ। ਓਏ ਆਪੇ ਸਾਲਾ ਮਰ ਜੂ ਕਿਸੇ ਐਕਸੀਡੈਂਟ 'ਚ। ਆ ਕੀ ਹਾਲ ਆ ਛੋਟੇ ਵੀਰ? ਹਾਂ ਬਾਈ, ਵਧੀਆ ਚੱਲਦੀ ਆ ਗੱਡੀ? ਹਾਂ ਬਾਈ, ਯੂਨੀਅਨ 'ਚ ਖੜਾ ਸੀਗਾ। ਗੇੜਾ ਗੂੜਾ ਮਿਲੀ ਜਾਂਦਾ? ਗੁਜਰਾਤ ਦਾ ਨੰਬਰ ਕਟਾ ਕੇ ਹਟਿਆ। ਹਾਂ ਬਸ ਮਾਲ ਭਰਨ ਚੱਲੇ ਬਾਈ। ਉਹ ਸੰਭਾਲ ਕੇ ਚਲਾਈ ਗੱਡੀ, ਨਾਲੇ ਰੋਟੀ ਪਾਣੀ ਟਾਈਮ ਸਿਰ ਖਾ ਲਿਆ। ਜਦੋਂ ਵੀ ਹੁਣ ਆਏਗਾ ਨਾ, ਨਾਲੇ ਤੈਨੂੰ ਇੱਕ ਖੁਸ਼ਖਬਰੀ ਦੇਣੀ ਹੈ। ਚੰਗਾ ਬਾਈ, ਓਕੇ ਠੀਕ ਆ। ਹਾਂਜੀ ਜੀਜਾ ਜੀ, ਵਧੀਆ ਰੇਟ ਦੇ ਰਹੇ ਆ ਕਿੱਲਿਆਂ ਦਾ, ਜੇ ਕਹੋ ਤਾਂ 3-4 ਕਿੱਲੇ ਝਟਕਾਈ ਦਿੰਦੇ ਹਾਂ। ਐਡੂ ਵਧੀਆ ਰੇਟ ਨਹੀਂ ਮਿਲਣਾ, ਜਿੱਥੇ ਮਰਜ਼ੀ ਲੱਭ ਲਿਓ। ਉਹ ਤਾਂ ਗੱਲ ਠੀਕ ਹੈ, ਪਰ ਉਹਨਾਂ ਨੂੰ ਇੱਕ ਗੱਲ ਸਮਝਾ ਦੀ, ਜਿੰਨਾ ਚਿਰ ਜ਼ਮੀਨ ਦਾ ਪੂਰਾ ਸੌਦਾ ਨਹੀਂ ਨਾ ਹੁੰਦਾ, ਪੈਸੇ ਸਾਡੇ ਹੱਥ ਹੇਠ ਨਹੀਂ ਹੁੰਦੇ, ਕਬਜ਼ਾ ਨਹੀਂ ਕਰਦੇ, ਉਹ ਬੜਾ ਰੌਲਾ ਨਾ ਪਾਉਣ। ਪਰ ਜੀਜਾ ਜੀ ਮੈਂ ਬੈਠਾ, ਕਿਹੜੀ ਗੱਲ ਦੀ ਪਰਵਾਹ ਕੀਤੀ ਆ? ਉਹ ਬੰਦੇ ਡੇਲੀ ਕਬਜ਼ਾ ਹੀ ਲੈਂਦੇ ਆ, ਨਾਲੇ ਇਹਨਾਂ ਦਾ ਲੜਾਈਆਂ ਝਗੜਿਆਂ ਦਾ ਕੰਮ ਆ, ਉਹ ਇਹ ਜੈਲੇ ਨੂੰ ਕੀ ਸਮਝਦੇ ਆ? ਬੇਫਿਕਰ ਰਹੋ ਤੁਸੀਂ, ਅੰਗੂਠਾ ਲਾਉਣ ਵਾਲੇ ਬਣੋ ਬਸ। ਹੋਰ ਬਾਈ ਕਿਵੇਂ ਚੱਲਦਾ ਕੰਮ ਕਾਰ ਤੇਰਾ? ਕਿਹੜੇ ਚੰਗੇ ਲੱਗੀ ਜਾਂਦੇ ਆ, 4 ਪੈਸੇ ਬਣ ਜਾਂਦੇ ਆ? ਕਾਹਨੂੰ ਬਾਈ, ਹਜੇ ਤਾਂ ਆਈ ਚਲਾਈ ਉਹ ਚੱਲਦੀ ਆ, ਹੌਲੀ ਹੌਲੀ ਆਊਗਾ ਹਿਸਾਬ ਕਿਤਾਬ ਤਾਂ ਹੁਣ। ਉਹ ਜੀਜਾ ਜੀ ਆਹ ਕੰਮ 'ਚ ਪੈਸਾ ਬਹੁਤ ਆ,
पर जे बंदा नशा पत्ता ना करता होवे। नशा पत्ता कित्थे हुंदा, सारी सारी रात गड्डी चलाउणी पैंदी आ। हाँ जदों पिंड आईदा फिर तेरे वर्गा सज्जन मित्र आया होवे फिर लाई दिया चार पैग। भाई तू खुशखबरी की गल करदा सी किसी की? खुशखबरी कादी चलिया, तेरे फायदे की गल ही है। तेरे वाली जमीन सी ना उहदा सौदा लाता सी, 22 लाख दे रहे आ, साई फड़ ली। की कहा? मेरी जमीन की साई फड़ ली? भाई जमीन मेरी तय के मैं सौदा करता उहदा पुछे बिना? ओ छोटे जीजा जी क्यों गर्म होई जाने हो, वह हजे तां साई होई हुई आ, आपां कहड़ा रजिस्टरी करा दी? ओही गल्लां च नहीं गल बणदी, आपां साई मोड़ दिंदे आ। ऐ किवें साई मोड़ दांगे यार, मैं थुक के नहीं चढ़ता, जवान हुई है मेरी। जे भाई नहीं देगा तो मैं आपदी वाली जमीन वेचूंगा। लै ना रहने आ, होर कर ला, सुन ला इहदी गल। ओहो जीजा जी तुसी भी उही गल्लां करी जाने हो, वह एक गड्डी अपने कोल हैगी आ, वह जमीन के पैसा नाल 5-7 गड्डियां आपां होर पा लैणियां, और रोड ते लिखिया होगा जैला ट्रांसपोर्ट, बनू गल कि नहीं बनू? जीजा जी तुसी पैसे मंगाओ, मैं भी देखदा मैनू यह किवें ना करदा। बैठो तुसी पैसे मंगाओ जीजा जी। जस्सी इहदे वाले पैसे लैके आ। देख भाई असीं तां तेरी भलाई सोचते हैं, जे तू तरक्की करेगा असीं तेरे नाल ही तरक्की करांगे। चार पैसे तेरे कोल होणगे सानू ही पाया उन्हां दा। पर बड़े भाई किसी नूं पुछना भी चाहिए, हर एक गल च अपनी मर्जी थोड़ा करी दी। आ लै फड़ दिओ रा, पूरे 2 लाख ने। ओ फड़ लो जीजा जी, ओही गल्लां, लक्ष्मी नूं कोई ना करदा हुंदा, फड़ो तुसीं पैसे। हाँ फड़, गिण ला चंगी तरह, फिर ना कह दी भी विच्चों भाभी ने कढ ले। जे कढ भी लेंगी भाभी फिर की होजू, भरा तेरा मेरा कुछ बंडे। अच्छा हुण तेरा गेड़ा कदों लगना चाहिए? अज आ सोमवार, बुधवार नूं गुवाटियाल दा गेड़ा भरिया, फिर लगणगे 15 दिन उधर। लै ओ फिर तां बण गई गल, ओ आप रजिस्ट्री कल ही करा दिंदे आ, ओ नाले ड्राइवर बंदे दा की पता खबरा महीना ना मुड़े। सही गल कहिंदा जैलिया, इह बंदे दा कोई पता नहीं किहड़े वेले तड़कीए, इह आपां कम्म जिन्ना छेती कर दईए उन्ना ही चंगा। ठीक है भाई, फिर जिवें तुसी सारे कहने हो ठीक है। आ बन गई गल, लो भाई जी सांभो अपनी मानत। आ लो भाई, लो जी बधाइयां जी बधाइयां। वकील साहब करो जी मुंह मिठा। लो भाई जी थोनू भी बधाइयां। थोनू भाई जी बहुत बहुत मुबारक। लो जी बेचण वाले नूं भी बधाइयां। लो छोटे जीजा जी। नारायण एक मिनट आ जाओ जीजा जी। हां जीजा दस। नारायण आ पैसे तो पूरे नहीं गए यार, बाकी दे पैसे। ओहो क्यों घबराने छोटे जीजा जी, वो बंदे अपने घर दे ही ने, उन्होंने थोनू भी तो पता वा एड्डी बड़ी रकम कितने घरे पई हुंदी आ, अगले हफ्ते उन्होंने पैसे दे देने ने, वो मैं बैठा वा ना यार। ठीक आ पर छेती करा दी थोड़ा जिहा, तैनू तो पता फिर मैं गड्डिया भी लैनिया ने। वह तैनू गड्डिया भी लै जाएंगे तो गुड्डी भी लै जाएंगे। कर कर मूँह मिठाए आ चक। हेलो भाई की करदा सी? ओ बस खेत काम सी, जट्टा नू की काम होना होर, मिट्टी नाल मिट्टी। भाई तेरिया मौजां, तू तैयार शैर होके गड्डी ते बैठ जाना है। बहम है भाई, दूजे दे कच्छे च बड़ा ही लगदा। चल छड़ ऐ दस भतीज दा की हाल है? भतीज ठीक है, अगे नाल होशियार हो गया,
ਤੂੰ ਦੱਸ ਕਿਵੇਂ ਫੋਨ ਕੀਤਾ ਸੀ? ਮੈਂ ਤਾਂ ਫੋਨ ਕੀਤਾ ਸੀ ਬਾਈ, ਭਲਾ ਜ਼ਮੀਨ ਵਾਲੇ ਪੈਸੇ ਦੇ ਗਏ? ਪੈਸੇ ਮੈਂ ਨਰੈਣੇ ਕੋਲ ਅੱਜ ਹੀ ਜਾ ਕੇ ਆਉਂਦਾ। ਕੱਲ੍ਹ ਨੂੰ ਤਾਂ ਫਿਰ ਬਾਈ ਮੈਂ ਵੀ ਆ ਜਾਣਾ, ਨਰੈਣੇ ਕੋਲ ਇਕੱਠੇ ਚੱਲਦੇ ਹਾਂ। ਚੱਲ ਹਾਜ਼ਾ ਜਿਵੇਂ ਤੈਨੂੰ ਸਹੀ ਲੱਗਦਾ। ਆ ਗਿਆ ਲੈ ਪ੍ਰਾਹੁਣਾ ਜੀ। ਹਾਂਜੀ ਪ੍ਰਾਹੁਣਾ ਜੀ। ਉਹ ਸਾਲਿਆ ਪ੍ਰਾਹੁਣੇ ਦਿਆ ਜੈਲਾ ਪੈਸੇ ਮੰਗੀ ਜਾਂਦਾ, ਉਹਨੂੰ ਦੱਸ ਕੀ ਕਹੀਏ ਹੁਣ। ਲੈ ਲੈ ਉਹ ਪ੍ਰਾਹੁਣਾ ਜੀ, ਮੈਨੂੰ ਐ ਕਿਉਂ ਲੱਗਦਾ ਵੀ ਅਸੀਂ ਕੁੜੀ ਗਲਤ ਜਗ੍ਹਾ ਵਿਆਹਤੀ ਯਾਰ। ਯਾਰ ਤੁਹਾਨੂੰ ਬਹਾਨਾ ਵੀ ਨੀ ਮਾਰਨਾ ਆਉਂਦਾ ਯਾਰ, ਬਈ ਕਹਿ ਦੋ ਮੇਰੇ ਸਾਲੇ ਦਾ ਸਾਲਾ ਮਰ ਗਿਆ, ਇਹੋ ਜਿਹੇ ਮਾਹੌਲ ਤੇ ਆਪਾਂ ਪੈਸੇ ਮੰਗਦੇ ਚੰਗੇ ਲੱਗਦੇ ਆ? ਰੱਖਦਾ ਫੋਨ ਮੈਂ। ਕਿੰਨੀ ਘਟੀਆ ਕਿਸਮ ਦਾ ਫੁੱਦੂ ਜੀ ਚੱਲ ਪਿਆ ਮੇਰੇ ਬੁੜੇ ਨੇ। ਕੱਲ ਨੂੰ ਆਪਾਂ ਕੰਮ ਸ਼ੁਰੂ ਕਰਾ ਦਈਏ, ਨਾਲੇ ਬਾਈ ਜੇਸੀਬੀ ਭੇਜ ਦਿਓ, ਨਿਓ ਨੂੰ ਆ ਕਢਾ ਕੇ ਆਪਾਂ ਕੰਮ ਚੱਲਦਾ ਕਰ ਦਈਏ। ਠੀਕ ਆ ਬਾਈ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਮੈਨੂੰ ਲੱਗਦਾ ਬਾਈ ਜੀ ਕਲੋਨੀ ਦਾ ਕੰਮ ਚੱਲੀ ਜਾਂਦਾ ਜ਼ੋਰਾਂ ਸ਼ੋਰਾਂ ਨਾਲ। ਹਾਂਜੀ ਹਾਂਜੀ ਬਾਈ ਜੀ, ਚੱਲੀ ਜਾਂਦਾ ਜੀ ਕੰਮ। ਬਾਈ ਜੀ ਮੈਂ ਆਇਆ ਸੀਗਾ ਵੀ ਉਹ ਪੈਸੇ ਦੇ ਦਿੰਦੇ, ਹੁਣ ਤਾਂ ਵਾਲੇ ਮਹੀਨੇ ਹੋ ਗਏ। ਕਿਹੜੇ ਪੈਸੇ ਬਾਈ ਜੀ? ਉਹੀ ਬਾਈ ਜੀ ਮੇਰੀ ਜ਼ਮੀਨ ਵਾਲੇ। ਬਾਈ ਜੀ ਉਹ ਤਾਂ ਉਸੇ ਦਿਨ ਹੀ ਦਿੱਤੇ ਸੀ ਨਰੈਣੇ ਨੂੰ, ਪੂਰਾ 44 ਲੱਖ ਰੁਪਇਆ, ਜਿਸ ਦਿਨ ਆਪਾਂ ਜ਼ਮੀਨ ਦੀ ਰਜਿਸਟਰੀ ਕਰਾਈ ਸੀ। ਇਹਦਾ ਮਤਲਬ ਬੜਾ ਬਾਈ ਤੇ ਨਰੈਣਾ ਝੂਠ ਬੋਲਦੇ ਮੇਰੇ ਕੋਲ। ਚੰਗਾ ਬਾਈ ਜੀ, ਦਰਅਸਲ ਮੈਂ ਗੁਜਰਾਤ ਤੋਂ ਆਇਆ ਸੀ ਹੁਣੇ ਹੁਣੇ ਗੱਡੀ ਲੈ ਕੇ ਕਈ ਦਿਨਾਂ ਬਾਅਦ, ਇਸ ਲਈ ਬਾਈ ਜੀ ਹੋ ਸਕਦਾ ਬਾਈ ਦੇਤੇ ਹੁਣ ਪੈਸੇ। ਹਾਂਜੀ। ਚੰਗਾ ਬਾਈ ਜੀ, ਸਤਿ ਸ਼੍ਰੀ ਅਕਾਲ ਬਾਈ। ਗਲਤੀ ਹੋ ਗਈ। ਗੋਰਿਆ ਕਿੱਥੇ ਹੱਥ ਕੋਲ? ਸਾਲੇ ਘਰ ਤਾਂ ਡੈਣ ਵੀ ਛੱਡ ਦਿੱਤੀ ਆ, ਤੂੰ ਭੈਣ ਚੋ ਵੀ ਨੀ। ਕੀ ਗੱਲ ਹੋ ਗਈ ਜੈਲਿਆ, ਰੌਲਾ ਕਿਉਂ ਪਾਇਆ, ਕਿਉਂ ਸਾਰਾ ਘਰ ਸਿਰ ਤੇ ਚੱਕਿਆ, ਗੱਲ ਕੀ ਹੋਈ? ਕੀ ਹੋ ਗਿਆ ਜੈਲਿਆ? ਮੈਂ ਤਾਂ ਹਲੇ ਘਰੇ ਸਿਰ ਤੇ ਚੱਕਿਆ, ਤੂੰ ਤਾਂ ਭੈਣ ਚੋ ਮੈਨੂੰ ਚੱਕਣ ਨੂੰ ਫਿਰਦਾ ਹੈ। ਲੱਗ ਗਿਆ ਮੈਨੂੰ ਪਤਾ ਕਿੱਥੇ ਤੇਰਾ ਸਾਲਾ ਨਾ ਰਹਿਣਾ। ਚੀਚਾ ਜੀ ਚੀਚਾ ਜੀ ਹੈ, 44 ਲੱਖ ਦਾ ਸੌਦਾ ਕੀਤਾ ਸਾਲੇ ਨੇ, ਬਲਾ ਉਹਨੂੰ ਕਰ ਮੇਰੇ ਸਾਲੇ। ਵੇਖ ਚੱਲੇ ਵੇਖ ਵੇਖ ਮੇਰੀ ਗੱਲ ਸੁਣ, ਜਿਹੜੇ ਬੰਦਿਆਂ ਨਾਲ ਪੈਸੇ ਪੈਸਿਆਂ ਦੀ ਗੱਲ ਹੋਈ ਆ ਨਾ, ਉਹ ਜੱਸੀ ਪਾਣੀ ਲੈ ਗਿਆ, ਉਹਨਾਂ ਨਾਲ ਅੱਧੋ ਅੱਧ ਦੀ ਗੱਲ ਹੋਈ, ਠੀਕ ਆ। ਜ਼ਮੀਨ ਦੇ ਪੈਸੇ ਇੰਨੇ ਇੰਨੇ ਕੌਣ ਦਿੰਦਾ ਹੈ ਨਾ, ਰਹੀ ਗੱਲ ਬਾਕੀ ਪੈਸਿਆਂ ਦੀ, ਉਹ ਤੇਰੇ ਸੰਭਾਲ ਕੇ ਰੱਖੇ, ਠੀਕ ਆ। ਮੈਂ ਹੁਣੇ ਨਰੈਣੇ ਨੂੰ ਫੋਨ ਲਾਉਣਾ। ਜ਼ਹਿਰ ਵੀ ਪੀ ਲੂ, ਹੁਣ ਪਾਣੀ ਨੀ ਪੀ ਸਕਦਾ। ਨਾਲੇ ਤੈਨੂੰ ਕੀ ਲੱਗਦਾ ਵੀ ਮੈਂ ਤੇਰੀ ਫਿਕਰ ਨਹੀਂ ਕਰਦੀ? ਜਦ ਤੂੰ ਟਰੱਕ 'ਤੇ ਕਿਹੜਾ ਲਾਉਣ ਜਾਂਦਾ ਪਤਾ, ਪਿੱਛੋਂ ਜਾਨ ਸੁੱਕੀ ਰਹਿੰਦੀ ਹੈ ਮੇਰੀ।
तेरे बाई तो बद ख्याल रख दिया मैं तेरा। तेरे पैसे मेरे भाई कोल पए ने। तू थकिया होया आया, तू आए कर, तू ना ला, मैं तेरे वास्ते रोटी बनानी आ। मोड़नी है रोटी दा। होर कदा मूड़ा हो कर दिनी है फिर। वाह किदा फोन आ गया अद्धी रात नूं। मान योग जीजा जी, सत श्री अकाल जीजा जी। हैलो सालिया, जैले नूं सारी गल दा पता लग गया। सौदे वाली दा वी सौदा 44 लाख च होया। इहदी भैण नूं जीजा जी, इह की गाजर गुल्ला हो गया। हुण की करिए जीजा जी आपां? ओह नहीं नहीं नहीं, ओह तू कुछ नहीं करना। मैं केरा नू बड़िया लिया ते बस उन्हें इस गल का पता ना लगे कि आपा उहदे वाले 2 किले वेचे नहीं, जस्सी दे नाल आए। बस बस छेती तो छेती पैसे लेके आ, समझ आ गई ना गल? ठीक है जीजा जी, मैं आ गया जी। बस कल नू पैसे घरे पहुंच जान। ठीक है जीजा जी, ओके। जीजा जी, ओ जीजा जी, ओ नरेने आ जा इधर। सारा टब्बर इधर फिरदा ते मैं उधर ही थी जाना। ओही गल्ला, सत श्री अकाल छोटे जीजा जी, ओही गल्ला, मारो मड़ा पासा। वो अज तां मैं पैसे भी लेके आया, वो असी भी किसे नूं कहण जोगे हो जाइए कि असी भी तुहाडे बराबर दे हो गए। चलो भाई आपां पीढ़ी लै लैने आ, नाले फिक्र क्यों कीता पर किसे गल दा है। पैसे कितने पर चले सी, जिहे जे इधर पए सी ओह जे उधर पए सी, आ चको भाई आपकी इमानत। पूरे 17 लाख ने, गिण लो, 100 रुपया वध ही होऊ, 1 रुपया घट नहीं। ओ भैणे पानी लियाई। लै वीरे, होर सब ठीक है वीरे? पूरी महाराज दी पूरी कृपा भैणे, पूरी।
रख आ गया सत श्री अकाल ताया जी सत श्री अकाल किवें चलिया ठीक है ताया जी चली जांदी अगे मैं हो सुनाओ सेहतां किवें थोड़ियां सेहतां कायम आ किद्दां तेरी गड्डी गुड्डी गड्डी ठीक है ताया जी ओ खड़ा ट्रक अच्छा अच्छा गुजरात दा माल भरिया सीगा थोनू देख लिया जांदे जांदे मैं कहा पिंड वालों नूं वी मिल चलीए कुछ मंगाउणा चार के दिन लगणे मेरे उत्थे राजस्थान पैंदा राह च भुक्की दी बोरी रख लिओ इक अच्छा रख लांगे भुक्की दी बोरी ਹਾਂਜੀ ਹਾਂਜੀ ਜੈਲੇ ਤੋੜਾ ਕਮਾਲ ਦਾ ਲਿਆਈ ਮੇਰੇ ਲਈ ਲਿਆ ਦੂੰਗਾ ਮੈਂ ਕਦਾ ਸੋਚੀ ਜਾਂਦਾ ਸੀਗਾ ਵੀ ਤੂੰ ਕਦੇ ਨਹੀਂ ਬੋਲਿਆ ਬਸ ਚਾਰ ਕੁ ਦਿਨ ਲੱਗਣੇ ਨੇ ਚੰਗਾ ਬਾਈ ਸਤਿ ਸ਼੍ਰੀ ਅਕਾਲ ਹੈਲੋ ਹੈਲੋ ਕੀ ਹਾਲ ਹੈ ਛੋਟੇ ਵੀਰ ਠੀਕ ਹੈ ਬੜੇ ਬਾਈ ਬਸ ਸਾਗਰੇ ਪਹੁੰਚਣ ਵਾਲਾ ਸੀ ਅੱਛਾ ਕਿੰਨੇ ਕੁ ਦਿਨ ਲੱਗ ਜਾਣਗੇ ਡਰਾਈਵਰਾਂ ਦਾ ਕੀ ਪਤਾ ਹੁੰਦਾ ਬਾਈ ਜੇ ਕਿਤੇ ਮਹਾਰਾਸ਼ਟਰ ਵੱਲ ਦਾ ਮਾਲ ਮਿਲ ਗਿਆ ਉੱਧਰ ਨੂੰ ਖਿੱਚ ਦਾਂਗੇ ਗੱਡੀ ਉਹ ਮੈਂ ਤਾਂ ਐਂ ਕਹਿੰਦਾ ਸੀ ਜੇ ਤੂੰ ਘਰ ਛੇਤੀ ਆ ਜਾਏ ਤਾਂ ਆਪਾਂ ਵੰਡ ਵੁੰਡ ਪਾ ਲਈਏ ਕੱਲ੍ਹ ਤੇਰਾ ਵੀ ਵਿਆਹ ਹੋਣਾ ਤੇਰੀ ਵੀ ਕਬੀਲਦਾਰੀ ਵਧਣੀ ਹੈ ਮੈਂ ਕੀ ਵੰਡਣਾ ਬਾਈ ਮੈਨੂੰ ਕੁਛ ਨਹੀਂ ਚਾਹੀਦਾ ਨਾਲੇ ਮੈਂ ਤਾਂ ਕਲਕੱਤੇ ਸੈੱਟ ਹੋ ਜਾਣਾ ਕਦੇ ਕਦਾਂ ਹੀ ਮਾਰਿਆ ਕਰੂੰ ਪਿੰਡ ਕਿਹੜਾ ਉਹ ਜੇ ਗੱਲ ਬੈਠ ਕੇ ਨਿਬੜ ਜੇ ਤਾਂ ਚੰਗਾ ਠੀਕ ਆ ਬਾਈ ਨਰਮਾਈ ਨਾਲ ਗੱਲ ਕਰਦਾ ਸੀ ਕਿ ਆਕੜ ਕੇ ਗੱਲ ਕਰਦਾ ਸੀ ਤੂੰ ਪੈਗ ਲਾ ਜੀਜਾ ਜੇ ਕਿਤੇ ਉਹ ਸੋਚਦਾ ਹੋਊ ਨਾ ਵੀ ਮੈਂ ਮਿੱਠੀਆਂ ਪੈਰੀਆਂ ਮਾਰ ਕੇ 22 ਲੱਖ ਰੁਪਏ ਕਢਾ ਲੂੰ ਭੁੱਲ ਜੇ ਉਹ ਨਹੀਂ ਮਿਲਦੇ 22 ਲੱਖ ਦੇ ਦਰਸ਼ਨ ਤਾਂ ਕਰਵਾ ਦੇ ਕਿੱਥੇ ਰੱਖਿਆ ਹੈ ਉਹ ਚਿੰਤਾ ਕਿਉਂ ਕਰਦਾ ਤੂੰ ਬੇਫਿਕਰ ਹੈ 2 ਘੰਟੇ ਪਹਿਲਾਂ ਦੱਸ ਦੀ ਤੇਰੇ ਪੈਸੇ ਖਰੇ ਆ ਜੀਜਾ ਤੂੰ ਪਿਗਲ ਆ ਜੀਜਾ ਸਾਲੇ ਬਾਲੀ ਤੇਜ਼ ਦਰੂਗਾ 2 ਪਿੱਗੇ ਨਹੀਂ ਸਾਲਾ ਜਗਾੜ ਹਿਲਾਤਾ ਉਹ ਜੀਜਾ ਮਹਿੰਗੇ ਤੋਂ ਕਢਾਈਗਾ ਸਪੈਸ਼ਲ ਤੇਰੇ ਵਾਸਤੇ ਮੈਂ ਕਿਹਾ ਮਹਿੰਗੇ ਜਿੰਨੇ ਮਰਜ਼ੀ ਪੈਸੇ ਲੈ ਲਈ ਪਰ ਮਿਲਾਵਟ ਨਹੀਂ ਹੋਣੀ ਚਾਹੀਦੀ ਕਿਉਂ ਅੱਗ ਲਾਉਂਦੀਆਂ ਨਾ ਅੱਗ ਬਸ ਆਪਣਾ ਕੰਮ ਸਰ ਸਾਹਿਬ ਮੈਂ ਚੱਲਿਆ ਮੈਂ ਨਹੀਂ ਪੀਣੀ ਮੈਂ ਪੈਨਾ ਮੈਂ ਵੀ ਫਿਰ ਪੈ ਜਾਂਦਾ ਉਹ ਦੇਖੋ ਦੇਖੋ ਜੀਜਾ ਜੀ ਕੋਈ ਨੀ ਜੀਜਾ ਜੀ ਸਹੀ ਆ ਮੈਂ ਆਪੇ ਉਤਰ ਤੂੰ ਬੈਠ ਧਿਆਨ ਨਾ ਜਾਇਓ ਜੀਜਾ ਜੀ ਮੈਂ ਚੰਗਾ ਜੀ ਸੋਹਣਾ ਮਿੱਤਰਾਂ ਨੇ Thank you.
जनाब सिर दी सट लगदी आ। ओके किन्ने कु बजे दी वारदात आ? जनाब पता नहीं जी, रात नूं कोई सिर च सट मार गया जी। मैं तां आप सवेरे आया जी, सवेरे आके पता लग्या जी भी आह वारदात हो गई। किसे नाल कोई रंजिश बाजी? नहीं साडी तां किसे नाल कोई रंजिश नहीं जी, बस जीजा जी दी जैले नाल सीगी तकरारबाजी थोड़ी जिही। किस किस्म दी तकरारबाजी? बस कुछ कु महीने पहलां जी जमीन बेची सीगी 4 किले जी, उहदे जैले नूं गलत फहमी लगदी सी, बस उही मन च खा रखे बैठा सीगा जी। मैनूं लगदा जैले दा ही काम आ जी इह। जैला? जैला कौन? जैला जी छोटे जीजा जी, जी मतलब इन्हां दे छोटे भरा जी। इन्हां दे? हाँ जी हाँ जी। कित्थे जैला हुण? ओ जनाब जी गुजरात नूं गया होया जी। किन्ने दिन हो गए गए नूं? 4 दिन तां हो ही गए आ जी। 4 दिन? तकरीबन वो सानू 4 दिन पहला सच मिल के गया सी। हाँ। ਇਹ ਰਾਹ ਕਿੰਨਾ ਕੁ ਚੱਲਦਾ? ਇਹ ਰਾਹ ਜੀ ਇਹਨਾਂ ਦਾ ਹੀ ਹੈ ਜੀ। ਅੱਛਾ ਇਹਨਾਂ ਦਾ ਹੀ ਆ, ਇਹੋ ਵਰਤਦੇ ਨੇ? ਹਾਂਜੀ ਇਹੀ ਵਰਤਦੇ ਜੀ। ਕੁਲਦੀਪ ਜੀ ਜਨਾਬ ਆ ਚੱਕੀ ਜਰਾ। ਜਨਾਬ ਖੂਨ ਲੱਗਿਆ ਜੀ ਇਹ 'ਤੇ। ਲਿਆ ਇੱਧਰ। ਆ ਦੇਖਿਓ ਜਨਾਬ ਖੂਨ ਲੱਗਿਆ ਹੋਇਆ ਜੀ। ਓਏ ਪਹਿਚਾਣਦੇ ਇਹਨੂੰ? ਹਾਂਜੀ ਜਨਾਬ, ਇਹ ਤਾਂ ਟਰੱਕ ਦੀ ਰਾਡ ਹੈ ਜੀ। ਟਰੱਕ ਦੀ ਰਾਡ? ਟਰੱਕ ਦੀ ਰਾਡ ਹੈ। ਤੂੰ ਤਾਂ ਕੀ, ਤੇਰੇ ਫਰਿਸ਼ਤੇ ਵੀ ਬੋਲਣਗੇ। ਛੱਡ ਦੋ ਮੈਨੂੰ, ਛੱਡ ਦੋ। ਐਡਾ ਕਿੱਦਾਂ ਛੱਡ ਦੋ? ਭੈਣ ਚੋਦਾ ਤੇਰਾ ਤਾਂ ਪਿਓ ਵੀ ਬੋਲੂ। ਚਾਹੀ ਤਾਂ ਮੈਂ ਭੈਣ ਚੋਦਾ ਤੇਰੇ ਹੱਡਾਂ ਚੋਂ ਕੱਢ ਲੂ। ਜਦੋਂ ਭੈਣ ਚੋਦਾ ਤੂੰ ਤੁੱਚ ਵਾਂਗੂ ਬੋਲੇਗਾ, ਸਮਝੇ? ਬੋਲ। 4 ਦਿਨ ਪਹਿਲਾਂ ਮੈਂ ਗੁਜਰਾਤ ਜਾਣ ਦਾ ਪਲਾਨ ਬਣਾਇਆ। ਮੈਂ ਪਿੰਡ ਵਾਲਿਆਂ ਨੂੰ ਸਪੈਸ਼ਲ ਮਿਲ ਕੇ ਗਿਆ ਤਾਂ ਕਿ ਕਤਲ ਤੋਂ ਬਾਅਦ ਉਹਨਾਂ ਨੂੰ ਮੇਰੇ 'ਤੇ ਸ਼ੱਕ ਨਾ ਹੋਵੇ ਅਤੇ ਉਹ ਮੇਰੇ ਗੁਜਰਾਤ ਜਾਣ ਦੀ ਗਵਾਹੀ ਦੇਣ। ਪਰ 4 ਰਾਤਾਂ ਅਤੇ 4 ਦਿਨ ਮੈਂ ਸਕੂਨ ਦੀ ਨੀਂਦ ਨਹੀਂ ਸੁੱਤਾ ਅਤੇ ਫਿਰ ਇੱਕ ਰਾਤ ਦਾਰੂ ਪੀ ਕੇ ਭੈਣ 'ਚੋਂ ਮੇਰਾ ਦਿਮਾਗ ਘੁੰਮ ਗਿਆ। ਮੈਂ ਟਰੱਕ 'ਚੋਂ ਕੱਢੀ ਰਾੜ, ਰਾਤ ਦੇ ਹਨੇਰੇ 'ਚ ਆਪਣੇ ਘਰ ਦੀ ਕੰਧ ਟੱਪ ਕੇ ਅੰਦਰ ਆ ਵੜਿਆ। ਦਰਵਾਜ਼ਾ ਖੋਲ੍ਹ ਕੇ ਦੇਖਿਆ ਤਾਂ ਗੋਰਾ ਸ਼ਰਾਬ ਦੇ ਨਸ਼ੇ 'ਚ ਘੂਕ ਸੁੱਤਾ ਪਿਆ ਸੀ।
ਸ਼ਮਨੀ ਤੇਰੀ ਉਹਦੇ ਨਾਲ ਸੀ ਤੇ ਫਿਰ ਤੂੰ ਭਾਬੀ ਨੂੰ ਕਿਉਂ ਮਾਰਿਆ? ਉਹ ਵੀ ਹਰਾਮ ਦੀ ਸੀ ਪੂਰੀ। ਮੈਂ ਉਹਨੂੰ ਪਿਆਰ ਕਰਦਾ ਸੀ ਤੇ ਉਹ ਮੇਰੇ ਜਜ਼ਬਾਤਾਂ ਨਾਲ ਖਲਵਾੜ ਕਰਦੀ ਸੀ। ਤੇ ਬੱਚਾ? ਬੱਚੇ ਨੂੰ ਕਿਵੇਂ ਮਾਰਦਾ? ਬੱਚਾ ਤਾਂ ਮੇਰਾ ਸੀ। ਜਦੋਂ ਤੂੰ ਦੋਨਾਂ ਨੂੰ ਮਾਰਦਾ ਸੀ ਫਿਰ ਭੱਜਿਆ ਕਿਉਂ? ਭੱਜਿਆ ਤਾਂ ਸੀ, ਮੈਂ ਉਸ ਭੈਣ ਚੋਦ ਕੁੱਤੇ ਨਰੇੜੇ ਨੂੰ ਵੀ ਮਾਰਨਾ ਸੀ, ਕਿਉਂਕਿ ਸਾਰੇ ਸ਼ੜਯੰਤਰ ਦੀ ਜੜ ਤਾਂ ਮੇਰਾ ਸਾਲਾ ਉਹੀ ਸੀ। ਜੈਲੇ ਤੇ ਗੁਰੇ ਅਰਗੇ ਇੱਥੇ ਪਤਾ ਨਹੀਂ ਕਿੰਨੇ ਆਏ ਤੇ ਇੱਥੋਂ ਕਿੰਨੇ ਗਏ, ਪਰ ਇਹ ਜ਼ਮੀਨ ਇੱਥੇ ਦੀ ਇੱਥੇ।